ਪੰਜਾਬੀ ਸ਼ੌਕੀ ਕਬੂਤਰਾਂ ਦੇ ਯੂਟਿਊਬ ਚੈਨਲ ਦੇਖਣ ਵਾਲੇ ਸਾਡੇ ਸਾਰੇ ਵੀਰਾਂ ਨੂੰ ਅਸਲਾਮ ਅਲੈਕਮ ਅਤੇ ਸਾਡੇ ਚੜ੍ਹਦੇ ਪੰਜਾਬ ਵਾਲੇ ਮਿੱਤਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਵੀਰ ਸੁਹੇਲ ਜ਼ਿਆ ਗਰੇਵਾਲ ਅਤੇ ਅੱਜ ਅਸੀਂ ਆਏ ਹਾਂ ਜੀ ਜੜ੍ਹਾਂ ਵਾਲੇ ਦਾ ਪਿੰਡ 106 GB ਫਰਾਲਾ, ਠੀਕ ਆ ਜੀ, ਤਹਿਸੀਲ ਜੜ੍ਹਾਂ ਵਾਲਾ, ਜ਼ਿਲ੍ਹਾ ਫੈਸਲਾਬਾਦ। ਉੱਥੇ ਅਸੀਂ ਆਏ ਹਾਂ ਭਾਈ ਸਜਾਦ ਉਰਫ ਸ਼ੀਦੂ, ਹਾਲ ਮੁਕੀਮ ਜੀ ਸਾਊਦੀ ਅਰੇਬੀਆ, ਉਹਨਾਂ ਦਾ ਇੰਟਰਵਿਊ ਕਰਾਉਣਾ ਹੈ ਅਤੇ ਉੱਥੇ ਸਾਨੂੰ ਮਿਲ ਗਿਆ ਭਾਈ ਨੂਰ ਅਹਿਮਦ ਜ਼ਾਦੀ ਸਾਹਿਬ, ਜ਼ਿਲ੍ਹਾ ਨਨਕਾਣਾ ਤੋਂ। ਬਹੁਤ ਹੀ ਅੱਛੇ ਕਬੂਤਰਬਾਜ਼ ਖਿਡਾਰੀ ਹਾਂ ਜੀ, ਫੁੱਟਬਾਲ ਦੇ ਵੀ ਬਹੁਤ ਅੱਛੇ ਪਲੇਅਰ ਹਾਂ। ਚਲੋ ਇੱਥੇ ਆਏ, ਮੁਲਾਕਾਤ ਹੋਈ, ਅਸੀਂ ਕਿਹਾ ਵੀ ਚਲੋ ਇਹਨਾਂ ਨੂੰ ਵੀ ਨਾਲ ਫੜ ਕੇ ਇਹਨਾਂ ਦਾ ਇੰਟਰਵਿਊ ਕਰਦੇ ਹਾਂ। ਭਾਈ ਜ਼ਾਦੀ ਦਾ ਕਬੂਤਰਬਾਜ਼ੀ ਦੀਆਂ ਗੱਲਾਂ ਆਪਾਂ ਸਾਂਝੀਆਂ ਕਰਦੇ ਹਾਂ, ਪੁੱਛਦੇ ਹਾਂ ਉਹਨਾਂ ਦਾ ਕਬੂਤਰਬਾਜ਼ੀ ਦਾ ਸ਼ੌਕ ਆ ਜਿਹੜਾ ਉਹ ਕਿੱਥੋਂ ਸ਼ੁਰੂ ਹੋਇਆ, ਕਬੂਤਰਾਂ ਦੀ ਨਸਲ ਉਹਨਾਂ ਕੋਲ ਕਿਹੜੀ ਆ, ਉਸਤਾਦ ਕਿਹੜੇ ਨੇ, ਅਤੇ ਕਬੂਤਰਬਾਜ਼ੀ ਦਾ ਸਫ਼ਰ ਜਿਹੜਾ ਉਹ ਕਿਸ ਤਰ੍ਹਾਂ ਜਾ ਰਿਹਾ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜੀ। ਭਾਈ ਜ਼ਾਦੀ ਕੀ ਹਾਲ ਚਾਲ ਆ? ਅੱਲਾਹ ਪਾਕ ਦਾ ਕਰਮ ਭਾਈ, ਠੀਕ ਠਾਕ ਹੋ ਜੀ? ਜੀ ਜੀ ਅੱਲਾਹ ਦਾ ਕਰਮ। ਕਬੂਤਰਬਾਜ਼ੀ ਦਾ ਸ਼ੌਕ ਜਿਹੜਾ ਭਾਈ ਜ਼ਾਦੀ, ਹਾਂਜੀ, ਕਿੰਨਾ ਟਾਈਮ ਹੋ ਗਿਆ ਕਰਦੇ ਨੂੰ, ਕਿੰਨੇ ਸਾਲ ਹੋ ਗਏ ਤਕਰੀਬਨ? ਤਕਰੀਬਨ 25 ਸਾਲ ਹੋ ਗਏ। ਤੁਸੀਂ ਬੇਸਿਕਲੀ ਹੈਗੇ ਫੁੱਟਬਾਲ ਦੇ ਪਲੇਅਰ? ਫੁੱਟਬਾਲ ਦੇ। ਕਿਹਦੇ ਵੱਲ ਦੇਖੇ ਕਬੂਤਰਬਾਜ਼ੀ ਦਾ ਸ਼ੌਕ ਪਿਆ? ਕਬੂਤਰਬਾਜ਼ੀ ਪਹਿਲੇ ਇਲਾਕੇ 'ਚ ਤਾਂ ਨਹੀਂ ਸੀ ਐਡਾ ਸ਼ੌਕ ਸ਼ਿਕਾਰ, ਐਵੇਂ ਥੋੜ੍ਹੇ ਬਹੁਤੇ ਜਿੱਦਾਂ ਆਮ ਕਬੂਤਰ ਘਰ 'ਚ ਰੱਖੇ ਹੋਣ, ਇੱਦਾਂ ਇੱਕ ਦੋ ਰੱਖੇ ਲੱਕੇ ਲੁੱਕੇ ਜੇ ਉਹ। ਹਾਂਜੀ। ਫੁੱਟਬਾਲ ਖੇਡਦਿਆਂ ਖੇਡਦਿਆਂ ਮੈਂ ਪੀਰਮਲ ਜਾਣ ਲੱਗ ਪਿਆ, ਫੁੱਟਬਾਲ ਦੇ ਟੂਰਨਾਮੈਂਟ ਖੇਲੀਦੇ ਸੀ। ਅੱਛਾ। ਉੱਥੇ ਕੁਝ ਮੇਰੇ ਦੋਸਤ ਸੀ, ਸਾਈਂ ਤਾਹਰ ਸ਼ਮਾਲ ਦੇ ਪਾਪਾ। ਕਿਹੜਾ ਪਿੰਡ ਉਹਨਾਂ ਦਾ ਭਲਾ? ਚੂੜ ਵਾਲਾ, 342। 342 ਚੂੜ ਵਾਲਾ। ਇਸਮਤੁੱਲਾ ਮੇਰਾ ਦੋਸਤ, ਉਹ ਵੀ ਚੂੜ ਵਾਲੇ ਦਾ ਹੀ ਆ। ਠੀਕ ਹੈ। ਇਸਮਤੁੱਲਾ, ਠੀਕ ਹੈ, ਉਰਫਤੁੱਲਾ। ਹਾਂਜੀ। ਬੜਾ ਅੱਛਾ ਫੁੱਟਬਾਲਰ ਸੀ, 340 ਦਾ ਸੀ, ਰਾਸ਼ਦ ਚੌਧਰੀ ਨਵੀਦ। ਹਾਂਜੀ। ਇਹ ਮੇਰੇ ਨਾ ਇਹਨਾਂ ਨਾਲ ਸ਼ੁਰੂ ਤੋਂ ਸੰਬੰਧ ਸੀ, ਜ਼ਿਆਦਾ ਮੁਹੱਬਤ ਇਹਨਾਂ ਨਾਲ ਸੀ ਮੇਰੀ ਫੁੱਟਬਾਲ ਦੀ ਗੇਮ, ਫੁੱਟਬਾਲ ਦੀ ਵਜ੍ਹਾ ਤੋਂ। ਹਾਂਜੀ। ਅਤੇ ਕਬੂਤਰਾਂ ਦਾ ਐਡਾ ਕੋਈ ਇਸ਼ੂ ਨਹੀਂ ਸੀ, ਨਾ ਕੋਈ ਮੈਨੂੰ ਸ਼ੌਕ ਸੀ। ਅੱਛਾ ਜੀ। ਉਹ ਫਿਰ ਇਹਨਾਂ ਦੇ ਨਾਲ ਅਸੀਂ ਬਾਜੀਆਂ ਬੂਜੀਆਂ ਵੀ ਵੇਖਣੀਆਂ, ਰਹਿਣਾ ਵੀ ਉੱਥੇ, ਪਿਆਰ ਇਹਨਾਂ ਨਾਲ ਬੜੀ ਮੁਹੱਬਤ ਵੱਧ ਗਈ, ਉੱਥੇ ਰਹੀਦਾ। ਉਦੋਂ ਸ਼ਮੈਲ ਵਰੀ ਬੱਚੇ ਛੋਟੇ ਸੀ ਸਾਰੇ, ਮੈਂ ਤੁੱਲਾ ਸਾਡਾ ਹਾਂ ਮੇਜ ਸੀ, ਸਾਈਂ ਸਾਡੇ ਤੋਂ ਬੜਾ ਹੀ ਸੀ, ਸਾਡੇ ਬਜ਼ੁਰਗਾਂ ਤਰ੍ਹਾਂ ਬਹੁਤ ਅੱਛੇ ਬੰਦੇ ਸੀ। ਠੀਕ ਹੈ। ਅੱਲਾਹ ਤਾਲਾ ਜੰਨਤ ਦੀ ਜਗ੍ਹਾ ਦੇ ਜੀ, ਬਹੁਤ ਅੱਛੇ ਬੰਦੇ। ਆਮੀਨ। ਅਤੇ ਆਪਣੀ ਲਾਈਫ ਦਾ ਇੱਕ ਹਿੱਸਾ ਗਦਾਰ ਰਹਿਣ ਤੋਂ ਬਾਅਦ ਫਿਰ ਮੇਰੇ ਇਲਾਕੇ 'ਚ ਕੋਈ ਚੰਦ ਮੇਰੇ ਦੋਸਤ ਨੇ, ਹਾਂਜੀ, ਅਸੀਂ ਕੋਈ ਉਹਨਾਂ ਦੀ ਵਜ੍ਹਾ ਤੋਂ ਮੈਂ ਉੱਥੋਂ ਕਬੂਤਰ ਲਿਆ ਕੇ ਛੱਡਣੇ ਪਏ। ਉਹਨਾਂ ਨੇ ਮੈਨੂੰ ਕਿਹਾ ਮੈਂ ਤਲਕ ਨਾਲ ਕਬੂਤਰ ਲਿਆਇਆ। ਅੱਛਾ। ਸਿੱਧੀ ਲਿਆ ਕੇ ਬਾਜ਼ੀ ਛੱਡੀ? ਸਿੱਧੀ ਬਾਜ਼ੀ ਛੱਡੀ, ਉਹ ਬਾਜ਼ੀ ਅਸੀਂ ਹਾਰ ਗਏ ਅਤੇ ਬੰਦਿਆਂ ਨੇ ਕਿਹਾ ਵੀ ਇਹ ਕਬੂਤਰ ਬਾਜ਼ੀ ਇਹਨਾਂ ਦੇ ਵਾਸਤਾ ਕੰਮ ਨਹੀਂ, ਅਤੇ ਤੁਸੀਂ ਆਪ ਸ਼ੌਕ ਕਰੋ ਜੇ ਸਾਨੂੰ ਢਾਉਣਾ ਨੇ। ਅੱਛਾ ਜੀ। ਜਿਹਨਾਂ ਦੇ ਖਿਲਾਫ ਲਿਆ ਕੇ ਛੱਡੀ? ਜਿਹਨਾਂ ਦੇ ਖਿਲਾਫ ਲਿਆ ਕੇ ਛੱਡੀ, ਉਹਨਾਂ ਨੂੰ ਢਾਉਂਦੇ ਢਾਉਂਦੇ ਭਾਜੀ ਅਸੀਂ ਸ਼ਿਕਾਰੀ ਬਣ ਗਏ। ਅੱਛਾ। ਸਾਰੀ ਲੱਤ ਸਾਨੂੰ ਉੱਥੇ ਲੱਗੀ ਹੈ, ਜੂ ਇਹ ਪੀਰਮਾਲ ਏਰੀਆ, ਅਤੇ ਪੀਰਮਾਲ ਵਾਲੇ, ਇਹ ਨਹੀਂ ਵੀ ਪੀਰਮਾਲ ਜੂੜ ਵਾਲੇ ਨੇ ਜਾਂ 40 ਵਾਲੇ, ਪੂਰੇ ਪੀਰਮਾਲ ਨੇ ਸਾਨੂੰ ਬੜੀ ਮੁਹੱਬਤ ਔਰ ਬੜੀ ਇੱਜ਼ਤ ਦਿੱਤੀ ਮੈਨੂੰ। ਠੀਕ ਠਾਕ। ਯਕੀਨ ਮੰਨੋ ਵੀ ਆਪਣੇ ਤੋਂ ਵੱਧ ਕੇ ਉਹਨਾਂ ਨੇ ਮੇਰੇ ਨਾਲ ਪਿਆਰ ਕੀਤਾ, ਅੱਜ ਵੀ ਉੱਦਾਂ ਹੀ ਕਰਦੇ। ਠੀਕ ਹੈ। ਉੱਥੋਂ ਫਿਰ ਕਬੂਤਰ ਮੈਨੂੰ ਸਾਈਂ ਤਾਹਰ ਨੇ ਉਹ ਦੋ ਜੋੜੇ ਚੰਗੇ ਦਿੱਤੇ ਸੀ। ਅੱਛਾ। ਬੜੇ ਅੱਛੇ ਕਬੂਤਰ। ਕਿਹੜੇ ਆਹਾਂ ਦੇ ਕਬੂਤਰ ਸੀ ਉਹ? ਉਹ ਕਬੂਤਰ ਜੀ ਇੱਕ ਕਾਲਨੋਕੇ ਕਬੂਤਰ ਸੀ, ਕੋਈ ਕਬੂਤਰ ਬੋਰਿਓ ਆਇਆ ਸੀ ਜੀ ਇੱਕ। ਅੱਛਾ ਜੀ। ਉਹਦਾ ਪੱਠਾ ਸੀ, ਉਹ ਬੂਟਰ ਦੜਵੀ ਵਾਲਾ ਹੁੰਦਾ ਸੀ, ਉਹਦੇ ਕੋਲੋਂ ਕਬੂਤਰ ਇੱਕ ਕਬੂਤਰੀ ਗਈ ਸੀ ਕੰਜਵਾਣੀ 'ਚ 47 ਦੇ ਵਿੱਚ, ਚੀਨੀ ਕਬੂਤਰੀ ਸੀ। ਉਸ ਜੋੜੇ ਦੇ ਪੱਠੀ ਪੱਟੇ ਸੀ ਦੋ, ਉਹ ਮੈਨੂੰ ਦਿੱਤੇ ਸੀ ਉਹਨਾਂ ਨੇ ਕਾਲਨੋਕੇ, ਬਹੁਤ ਖੂਬਸੂਰਤ ਸੀ ਉਹ। ਠੀਕ ਹੈ। ਉਹਨਾਂ ਦੀ ਪਰਵਾਜ਼ ਵੀ ਬਹੁਤ ਜ਼ਿਆਦਾ ਸੀ। ਠੀਕ ਹੈ। ਅਤੇ ਰਸ਼ 40 ਵਾਲਾ ਜਿਹੜਾ ਨਾ, ਉਹਨੇ ਮੈਨੂੰ ਇੱਕ ਕਬੂਤਰੀ ਦਿੱਤੀ ਸੀ 38 ਵਾਲਿਆਂ ਕੋਲ ਲੈ ਕੇ ਸ਼ਾਹ ਕੀ, ਉਹ ਇੱਕ ਬੱਚਾ ਉੱਡ ਰਿਹਾ ਸੀ, ਅਸੀਂ ਵੈਸੇ ਲੰਘਦੇ, ਉਹਨੇ ਵੇਖਿਆ ਵੀ ਬੱਚਾ ਉੱਡਣ ਦਿਆ ਇਹਨਾਂ। ਅੱਛਾ ਜੀ। ਮੈਂ ਕਿਹਾ ਮੈਂ ਬੱਚਾ ਇਹ ਲੈਣਾ, ਮੈਂ ਜਿੱਦ ਕਰ ਗਿਆ। ਅੱਛਾ। ਪਲੇਅਰ ਮੈਂ ਚੰਗਾ, ਉਹਨਾਂ ਨੇ ਮੈਨੂੰ ਮੋੜਿਆ ਨਹੀਂ, ਉਹਨਾਂ ਨੇ ਮੈਨੂੰ ਖੜਾ, ਉਹਨਾਂ ਨੇ ਬੱਚਾ ਜਾ ਕੇ ਨਾ ਪਲੰਘ ਦੇ ਥੱਲੇ ਵਾਰ ਦਿੱਤਾ 38 ਵਾਲਿਆਂ ਨੇ। ਅੱਛਾ। ਅਸੀਂ ਲੱਭੀਏ ਸਾਨੂੰ ਬੱਚਾ ਨਾ ਲੱਭੇ। ਅੱਛਾ। ਅਸੀਂ ਭਾਈ ਉਹ ਬੱਚਾ ਕੱਟ ਲਿਆ ਜਾ ਕੇ ਥੱਲੇ। ਅੱਛਾ। ਉਹ ਮੈਂ ਲੈ ਗਿਆ, ਉਹ ਲਕੋਲਿਆ ਵੀ ਦੇਣਾ ਨਾ ਪਵੇ, ਦੇਣਾ ਨਾ ਪਵੇ। 38 ਵਾਲੇ ਬੜੇ ਮਸ਼ਹੂਰ ਛਾਦੇ ਭਰੀ, ਮੇਰਾ ਖਿਆਲ ਛਾਦੇ ਉਹਨਾਂ ਦਾ ਵਾਲਦ ਸਾਹਿਬ ਵੀ ਬਾਹਰ ਸ਼ੌਕ ਕਰਦੇ ਸੀ। ਅੱਛਾ। ਉਹਨਾਂ ਦੇ ਸ਼ਾਹ ਕਬੂਤਰ ਬੜੇ ਮਸ਼ਹੂਰ ਸੀ। ਠੀਕ। ਉਹ ਅਸੀਂ ਬੱਚਾ ਜਿਹੜਾ ਨਾ ਕਾਬੂ ਕਰ ਲਿਆ, ਇੱਕ ਰਸ਼ ਨੇ ਮੈਨੂੰ ਉਹ ਪੱਠੀ, ਇੱਕ ਉਹ ਤੇ ਇੱਕ ਰਸ਼ ਨੇ ਘਰੋਂ ਮੈਨੂੰ ਪੱਠੀ ਦਿੱਤੀ ਸੀ, ਉਹ ਨੰਗਲਾਂ ਦੇ ਵਿੱਚੋਂ ਪਤਾ ਨਹੀਂ ਨਾਲ ਕੋਈ ਪਿੰਡ ਸੀ ਉੱਥੋਂ ਦੜਾ ਜਿੱਤੀ ਸੀ ਉਹ ਕਬੂਤਰੀ ਸ਼ਾਹ ਕੇ ਸੀ, ਦੋ ਪੱਠੀਆਂ ਹੋ ਗਈਆਂ। ਹਾਂਜੀ। ਇੱਕ ਸਾਈਂ ਨੇ ਜੋੜਾ, ਸਾਈਂ ਦੇ ਘਰੋਂ ਤੇ ਸਾਰੇ ਕਬੂਤਰ ਜਿਹੜਾ ਮਰਜ਼ੀ ਸੀ, ਜਿਹੜਾ ਦਿਲ ਕਰਦਾ ਉਹ ਆਪਣਾ। ਕਿਉਂਕਿ ਫੁੱਟਬਾਲ ਖੇਡਣ ਤੁਸੀਂ ਜਾਂਦੇ ਸੀ ਤਕਲਕ ਬਹੁਤ ਜ਼ਿਆਦਾ? ਇੱਕ ਛਾਦਾ ਸਲੇਮਪੁਰ ਵਾਲਾ ਸੀ ਜੀ, ਮੁੰਡਾ ਛਾਦਾ। ਠੀਕ ਆ। ਮੀਆਂ ਬਲਾਲ ਮੇਰਾ ਬੜਾ ਅੱਛਾ ਦੋਸਤ ਹੈ ਸਲੇਮਪੁਰ ਵਾਲਾ, ਮੀਆਂ ਬਲਾਲ। ਹਾਂਜੀ। ਭੁੰਡੀ ਬੈਰ ਵਾਲੇ ਗਰੁੱਪ ਵਾਲੇ ਆ। ਹਾਂਜੀ। ਰਾਣਾ ਕੈਸਰ ਜਾਖੜੇ ਵਾਲਾ, ਜਿਹਨਾਂ ਨਾਲ ਮੈਂ ਕਲੋਜ਼ ਰਿਹਾ ਹਾਂ। ਹਾਂਜੀ।
ਛਾਦਾ ਉਹ ਵੀ ਫੁੱਟਬਾਲਰ ਸੀ, ਉਹ ਫੁੱਟਬਾਲ ਸਾਡੇ ਲਵਰ ਸੀ, ਠੀਕ ਫੁੱਟਬਾਲ ਦੇ ਲਵਰ ਸੀ, ਮਤਲਬ ਪਲੇਅਰਾਂ ਨੂੰ ਗਾਈਡ ਕਰਦੇ ਸੀ, ਬੜਾ ਅੱਛਾ ਪ੍ਰੋਟੋਕੋਲ, ਮਤਲਬ ਸਪੋਰਟਸਮੈਨ ਆਦਮੀ ਸੀ। ਹਾਂ ਠੀਕ ਆ। ਉਹ ਭਾਜੀ ਉਹਨਾਂ ਇੱਕ ਕਬੂਤਰ ਮੈਨੂੰ ਉਹਨਾਂ ਨੇ ਦਿੱਤਾ ਨੰਗਣ ਵਾਲਿਆਂ ਕਬੂਤਰਾਂ 'ਚ, ਠੀਕ ਆ। ਇਹ ਭਾਜੀ ਮੇਰੇ ਕੋਲ 5-6 ਕਬੂਤਰ ਸੀ ਜਿਨ੍ਹਾਂ ਤੋਂ ਮੈਂ ਸਾਰੇ ਕਬੂਤਰ ਤੋਰੇ ਸੀ। ਹਾਂਜੀ। ਬਾਕੀ ਮੈਂ ਬਾਬਾ ਜ਼ੁਲਾ ਮਾਸ਼ਾਅੱਲਾ ਅੱਲਾਹ ਤਾਲਾ ਉਹਨਾਂ ਨੂੰ ਜਿੰਨਾ 'ਚ ਜਗ੍ਹਾ ਦੇਵੇ, ਮੇਰੇ ਸ਼ਿਕਾਰ ਦੇ ਵਿੱਚ ਉਹਨਾਂ ਦਾ ਵੀ ਬੜਾ ਹੱਥ ਆ ਕਬੂਤਰਬਾਜ਼ੀ 'ਚ, ਨਿਖਾਰ 'ਚ। ਅੱਛਾ ਜੀ। ਉਹਨਾਂ ਨੇ ਮੈਨੂੰ ਇੱਕ ਦੋ ਕਬੂਤਰੀਆਂ ਦਿੱਤੀਆਂ ਸੀ, ਵੱਲਾ ਵੀ ਉਹਨਾਂ ਨੇ ਕਿੱਥੋਂ। ਬਾਬਾ ਦੁੱਲਾ ਲੋਹਾਰ? ਨਹੀਂ ਨਹੀਂ ਬਾਬਾ ਦੁੱਲਾ ਗੰਗਾਪੁਰ ਵਾਲਾ, ਅੱਛਾ ਦੁੱਲਾ। ਅੱਛਾ ਅੱਛਾ। ਬਾਬਾ ਜ਼ੁਲਫਕਾਰ, ਠੀਕ ਆ। ਬਾਬਾ ਜ਼ੁਲਫਕਾਰ ਉਹਨਾਂ ਨੇ ਕਬੂਤਰੀ ਇੱਕ ਚੀਨੀ ਜੀ ਨੂੰ ਲੈ ਕੇ ਦਿੱਤੀ ਸੀ, ਉਹ ਫਿਰ ਨਾ ਮੈਂ ਆਪਸ 'ਚ ਕ੍ਰਾਸ ਕਰ ਕਰਕੇ ਕਬੂਤਰ, ਮਤਲਬ ਇੱਦਾਂ ਦੇ ਬਣੇ ਸੀ ਵੀ ਮਤਲਬ ਅਸੀਂ ਸ਼ੌਕ, ਸਾਨੂੰ ਨਹੀਂ ਸੀ ਇੰਨਾ ਪਤਾ ਹੈਗਾ ਵੀ ਅਸੀਂ ਇਸ ਟਾਈਮ ਇੰਨੀ ਪਾਪੂਲੈਰਿਟੀ 'ਚ, ਕਿਉਂਕਿ ਅੱਜ ਦਾ ਦੌਰ ਜਿਹੜਾ ਨਾ ਆ ਗਿਆ ਜੀ ਹੁਣ। ਹਾਂਜੀ, ਸੋਸ਼ਲ ਮੀਡੀਆ ਕਰਕੇ ਆ ਗਿਆ। ਮੰਨੋ ਵੀ ਸੋਸ਼ਲ ਮੀਡੀਆ ਵਾਲੇ ਜਿਹੜੇ ਹੁਣ ਉਹਦੇ ਸਟਾਰ ਬਣੇ ਆ ਨਾ ਬੰਦੇ, ਹਾਂਜੀ, ਇਹਨਾਂ ਨੇ ਪਹਿਲਾ ਦੌਰ ਵੇਖਿਆ ਹੁੰਦਾ, ਕਈਆਂ ਨੂੰ ਸ਼ਰਮਿੰਦਗੀ ਹੋਣੀ ਸੀ ਯਾਰ ਅਸੀਂ ਤਾਂ ਕੁਛ ਵੀ ਨਹੀਂ ਗਏ, ਯਾਰ ਅਸੀਂ ਐਵੇਂ ਸਟਾਰ ਬਣੇ ਬੈਠੇ। ਇਹਨਾਂ ਨੂੰ ਤਾਂ ਬੰਦਾ ਰੀਅਲ ਸਟਾਰ ਹੋ ਸੀ ਜਿਹਨਾਂ ਨੂੰ ਉਦੋਂ ਲੋਕ ਜਾਣਦੇ ਸੀ ਇਲਾਕੇ ਦੇ ਵਿੱਚ ਜਾਂਦੇ, ਕੋਈ ਪਿੰਡਾਂ ਦੇ ਪਿੰਡ ਜਾਂਦੇ, ਬਿਲਕੁਲ ਜਦੋਂ ਟੈਲੀਫੋਨ ਵੀ ਨਹੀਂ ਸੀ ਹੁੰਦਾ। ਹੁਣ ਦਾ ਦੌਰ ਵੇਖ ਲਓ, ਜਿਹੜਾ ਜਾਲੀ ਬੰਦਾ ਮੈਂ ਵੇਖਦਾ, ਮੈਂ ਉਹਨੂੰ ਟਿਕਟੋਕ ਤੇ ਦੇਖਦਾ, ਉਹ ਮੈਨੂੰ ਹੀ ਸ਼ਰਮ ਆਉਣ ਲੱਗ ਪੈਂਦੀ ਯਾਰ, ਜੇ ਇਹਨੂੰ ਮੈਨੂੰ ਜਦ ਮੈਨੂੰ ਨਾ ਕੋਈ ਜਾਲੀ ਕਹਦੇ, ਮੈਂ ਤੇ ਅਸਲੀ ਬੰਦਾ ਹੀ ਆ ਟਿਕਟੋਕ। ਮੈਂ ਇਸ ਤੋਂ ਨਾ ਇਸ ਦੀ ਵਜ੍ਹਾ ਤੋਂ ਮੈਂ ਕਦੀ ਇਹੋ ਜਿਹੀਆਂ ਚੀਜ਼ਾਂ ਨੂੰ ਅੱਛਾ ਅਹਿਮੀਅਤ ਨਹੀਂ ਦਿੱਤੀ। ਹਾਂਜੀ, ਕਿਉਂਕਿ ਮੈਂ ਬਜ਼ਾਤੇ ਖੁਦ ਇਸ ਚੀਜ਼ ਨੂੰ ਬੜੀ ਅੱਛੀ ਤਰ੍ਹਾਂ ਸਮਝਦਾ ਵੀ ਜਿੰਨੇ ਜਾਲੀ ਬੰਦੇ ਉਹਨਾਂ ਦੀ ਸਹੂਲਤਕਾਰੀ ਸੋਸ਼ਲ ਮੀਡੀਆ ਇਹਨਾਂ ਦੀ ਵਜ੍ਹਾ ਤੋਂ ਜ਼ਿਆਦਾ ਹੋ ਗਈ। ਬਿਲਕੁਲ ਸਹੀ ਗੱਲ ਹੈ ਨਾ, 3 ਚੋਂ ਨਾ 13 ਚੋਂ ਕਬੂਤਰ ਕਿਸੇ ਦੇ ਸ਼ੌਕ ਕਿਸੇ ਦਾ, ਇਹ ਬਗੈਰ ਤਨਖਾਹ ਤੋਂ ਲੋਕਾਂ ਨੂੰ ਜਾ ਕੇ ਗੱਲਾਂ ਸੁਣਨ ਲੱਗ ਪੈਂਦੀਆਂ, ਨਾ ਕੁਛ ਕਰਨਾ ਨਾ ਕਰਾਉਣਾ ਐਵੇਂ। ਹਾਂਜੀ। ਤੇ ਤੀਸਰੇ ਬੰਨੇ ਆਪਣੀ ਜੀ, ਉਹ ਕਿਸੇ ਬੰਦੇ ਨੂੰ ਕੀ ਪਤਾ ਜੀ ਅਸਲ ਬੰਦਾ ਕਿਹੜਾ, ਜਿਹਨੂੰ ਜਿਹਨੂੰ ਜਿਹੜਾ ਮੇਰੀ ਜ਼ਿੰਦਗੀ ਨੂੰ ਜਾਣਦਾ ਹੀ ਨਹੀਂ। ਬਿਲਕੁਲ ਸਹੀ ਗੱਲ। ਸਿੱਧੂ ਭਾਈ ਇੱਕ ਦਿਨ ਇਹਨਾਂ ਨੇ ਮੈਨੂੰ ਪੁੱਛਿਆ ਯਾਰ ਜਦ ਉਹ ਬੰਦੇ ਪੁੱਛਦੇ ਯਾਰ ਤੂੰ ਤੇਜ਼ ਬਣਾ, ਮੈਂ ਕਿਹਾ ਮੈਂ ਤੇਜ਼ ਇਸ ਤਰ੍ਹਾਂ ਭਾਈ ਸੁਸਤ ਬੰਦੇ ਦੇ ਨਾਲ ਮੈਂ ਰਹਿ ਨਹੀਂ ਸਕਦਾ, ਸੁਸਤ ਰਿਹਾ ਤਾਂ ਮੈਨੂੰ ਤੇਜ਼ ਹੀ ਕਹਿਣਾ। ਸਹੀ ਗੱਲ। ਹੁਣ ਦੌਰ ਹੀ ਨਹੀਂ ਹੈਗਾ ਸੁਸਤ ਬੰਦੇ ਦਾ, ਕਿਹੜਾ ਕੰਮ ਹੈ ਅੱਜ ਦੇ ਦੌਰ 'ਚ ਯਾਰ। ਸਹੀ ਗੱਲ। ਹੁਣ ਜਿਹੜਾ ਬੰਦਾ ਜਾ ਕੇ ਤੈਨੂੰ ਕਹਿ ਰਿਹਾ ਮੈਂ ਬੜਾ ਤੇਜ਼ ਹਾਂ, ਉਹਨੂੰ ਵੀ ਪਤਾ ਲੱਗ ਜਾਣਾ ਚਾਹੀਦਾ ਬੰਦਾ ਸੁਸਤ ਨੂੰ ਹੁਣੇ ਪਿੱਛੇ ਕਰ ਦੇ। ਪਿੱਛੇ ਕਰ ਦੇ। ਸਹੀ ਗੱਲ। ਉਹ ਇਹਨਾਂ ਚੀਜ਼ਾਂ ਦਾ ਨਾ ਸਾਨੂੰ ਸਾਰੇ ਭਰਾਵਾਂ ਨੂੰ ਸੋਚਣਾ ਸਮਝਣਾ ਚਾਹੀਦਾ ਵਾ, ਇਹ ਸ਼ਿਕਾਰ ਹੀ ਸਭ ਕੁਝ ਨਹੀਂ ਹੈਗਾ। ਹਾਂਜੀ। ਇਹ ਜਿੰਨੇ ਅਨਾੜੀ ਬੰਦੇ ਇੱਕ ਦਿਨ ਨੇ ਬਦਾਮ ਮਹਿੰਗੇ ਕਰਾਏ ਤੇ ਪਾਕਿਸਤਾਨ 'ਚ। ਹਾਂਜੀ। ਅਨਾੜੀ ਬੰਦੇ ਦੀ ਵਜ੍ਹਾ ਤੋਂ ਬਦਾਮ ਮਹਿੰਗੇ ਆ। ਸਹੀ ਗੱਲ। ਸ਼ਿਕਾਰੀ ਬੰਦਾ ਕਦੀ ਵੀ ਇਹਨੇ ਬਦਾਮ ਨਹੀਂ ਪਾਉਂਦਾ, ਨਾ ਕਦੀ ਟਾਈਮ ਤੋਂ ਗਲਤ ਟਾਈਮ ਬਦਾਮ ਪਾਉਂਦਾ ਬੰਦਾ। ਹਾਂਜੀ। ਇੱਕ ਇਹਨਾਂ ਨੇ ਰੇਟ ਚੱਕ ਦਿੱਤਾ, ਬਾਦੀ ਇਹਨਾਂ ਨੇ ਸਾਥ ਜੇ ਕੇ ਛੱਡਣੀ ਹੁੰਦੀ ਤੇ ਪੂਰਾ ਸਾਲ ਇਹਨਾਂ ਨੇ ਸਿਰ ਖਾਣਾ ਹੁੰਦਾ ਲੋਕਾਂ ਦਾ। ਹਾਂ, ਸੋਸ਼ਲ ਮੀਡੀਆ ਟਿਕਟੋਕ ਤੇ ਚੜੇ ਆ, ਮਾਰ ਦਿੱਤਾ, ਫੜੇ ਗਏ, ਲਾਲਾ ਲਾਲਾ ਲਾਈ ਆ, ਇੱਕ ਜਵਾਨੀ ਦੀ ਇਹਨਾਂ ਦੀ ਪ੍ਰੋਗਰੈਸ ਨਹੀਂ ਹੁੰਦੀ। ਹਾਂਜੀ। ਪਾਪੂਲੈਰਿਟੀ ਹਾਸਲ ਕਰਨ ਵਾਸਤੇ ਸੋਸ਼ਲ ਮੀਡੀਆ ਦੀ ਜ਼ਰੂਰਤ ਨਹੀਂ, ਮੈਦਾਨ ਰਿਐਲਿਟੀ ਦੀ ਜ਼ਰੂਰਤ ਹੁੰਦੀ। ਬਿਲਕੁਲ ਸਹੀ ਗੱਲ। ਮਿਹਨਤ ਕਰਾਂ ਲਾ ਤੁਹਾਨੂੰ ਘਰ ਬੈਠਣ ਲੋਕ ਜਾਣ, ਤੁਸੀਂ ਮੈਂ ਸੱਚ ਕਰਾਂ ਤੁਸੀਂ ਮੈਨੂੰ ਕਿਦੋਂ ਤੋਂ ਜਾਣਦੇ ਆ, ਮਾਨਦਾਰੀ ਦੀ ਗੱਲ। ਮੈਂ ਤੇ ਤੁਹਾਨੂੰ 10 ਸਾਲ ਤੋਂ ਜਾਣਦਾ, ਕਿਸੇ ਨੇ ਚੰਗੇ ਲਫ਼ਜ਼ਾਂ ਨਾਲ ਯਾਦ ਕੀਤਾ ਹੋਵੇ, ਕਿਸੇ ਨੇ ਮਾੜਾ ਨਹੀਂ ਕਿਹਾ ਹੋਵੇ। ਬਿਲਕੁਲ ਸਹੀ ਗੱਲ। ਜਿਨ੍ਹਾਂ ਨੂੰ ਮੈਂ ਮਿਲਿਆ ਉਹਨਾਂ ਨੂੰ ਮੇਰਾ ਪੁੱਛੋ, ਹੁਣ ਤੁਸੀਂ ਤੀਸਰੇ ਬੰਦਾ ਤੁਹਾਨੂੰ ਗੱਲ ਦੱਸਣ ਦੇ ਉਹ ਵੀ ਜਾ ਕੇ ਤਸਦੀਕ ਕਰਨ ਦੇ ਜਿਆਦੀ ਬੰਦਾ ਤੇਜ਼ ਬੜਾ ਵੀ ਹੈ ਬੜਾ। ਮੈਂ ਤੇਜ਼ ਭਾਈ ਹੈਗਾ, ਮੈਂ ਅੱਜ ਦਾ ਦੌਰ ਹੀ ਨਹੀਂ ਸੁਸ ਬੰਦੇ ਨਾਲ ਰਹਿੰਦਾ, ਦੌਰ ਹੀ ਨਹੀਂ ਹੈਗਾ ਤੇਜ਼ ਬੰਦੇ ਨਾਲ, ਤੁਸੀਂ ਤੇਜ਼ ਨਾਲ ਚੱਲੋ। ਸਹੀ ਗੱਲ ਆ, ਤੇਜ਼ ਨਾਲ ਚੱਲੋ। ਤੇ ਇਸ ਵਜ੍ਹਾ ਤੋਂ ਭਾਜੀ ਮੈਨੂੰ ਨਾ ਸ਼ੌਕ, ਮੇਰਾ ਦਿਲ ਚੱਲ ਗਿਆ ਵਾ ਕਬੂਤਰਬਾਜ਼ੀ ਤੋਂ। ਅੱਜ ਤੁਹਾਡੇ ਕੇ ਭਰਾ ਵਾਂ ਮੈਂ, ਸਾਰੇ ਦੁਨੀਆ ਨੂੰ ਵਾਅਦਾ ਕਰ ਰਿਹਾ, ਕਿਉਂਕਿ ਇਹ ਜਿਹੜੀ ਗੇਮ ਹੈ ਨਾ, ਇਹ ਗੇਮ ਡੂ ਐਂਡ ਡਾਈ ਦੀ ਆ, ਇਹਦਾ ਫਿਊਚਰ ਨਹੀਂ ਹੈ ਕੋਈ। ਸਹੀ ਗੱਲ। ਕਬੂਤਰਬਾਜ਼ੀ ਦਾ ਫਿਊਚਰ ਕੋਈ ਨਹੀਂ ਹੈ। ਸਹੀ ਗੱਲ। ਹੁਣ ਤੁਸੀਂ ਮੈਨੂੰ ਪੁੱਛੋਗੇ, ਤੁਸੀਂ ਮੈਨੂੰ ਪੁੱਛੋ ਕਿਉਂ ਨਹੀਂ ਹੈ, ਇਸ ਤੋਂ ਨਹੀਂ ਹੈ ਭਾਜੀ। ਜਿਸ ਦਿਨ ਤੁਸੀਂ ਕਬੂਤਰਾਂ ਦੇ ਵਿੱਚ ਆਏ ਆ, ਕਿਤੇ ਤੁਸੀਂ ਲਿੱਤਰ ਪੋਲਾ ਘਰੋਂ ਬਹੁਤ ਹੁੰਦਾ ਬੰਦੇ ਨਾਲ। ਹਾਂਜੀ, ਚੰਗਾ ਨਹੀਂ ਸਮਝਦੇ, ਖਾਨਦਾਨ 'ਚ ਅੱਛਾ ਨਹੀਂ ਲੱਗਦਾ। ਸਹੀ ਗੱਲ। ਤੁਹਾਡਾ ਇੱਕ ਜੀ ਹੁਣ ਮੇਰਾ ਰਾਈ ਫੈਮਿਲੀ ਨਾਲ ਤਲਕ ਆ, ਤੇ ਮੇਰੇ ਖਾਨਦਾਨ ਦੇ ਵਿੱਚ ਬਹੁਤ ਬੁਰਾ ਸਮਝਿਆ ਜਾਂਦਾ ਕਬੂਤਰਬਾਜ਼ੀ। ਮੇਰੇ ਬੱਚੇ ਮਾਸ਼ਾਅੱਲਾ ਭਾਈ ਸਾਰੇ ਭਰਾਵਾਂ ਨੂੰ ਪਤਾ ਕਿੰਨੇ ਕਾਬਿਲ ਨੇ। ਹਾਂਜੀ। ਮੇਰੇ ਪੜ੍ਹਨ 'ਚ ਮੈਂ ਇੱਕ ਫੁੱਟਬਾਲ ਦਾ, ਮੇਰਾ ਇੱਕ ਸਟਾਰ ਪਲੇਅਰ ਆ ਪਾਕਿਸਤਾਨ ਦਾ, ਮੈਂ ਫੁੱਟਬਾਲ ਦੀ ਵਜ੍ਹਾ ਤੋਂ ਲੋਕ ਮੈਨੂੰ ਪਾਕਿਸਤਾਨ ਜਾਂਦੇ, ਕਬੂਤਰਾਂ ਤੋਂ ਮੈਨੂੰ ਬਹੁਤ ਘੱਟ ਲੋਕ ਜਾਣਦੇ ਆ। ਹਾਂਜੀ। ਫੁੱਟਬਾਲ ਬਾਈ ਪਾਵਰ ਗੇਮ, ਕਬੱਡੀ ਬਾਈ ਪਾਵਰ ਗੇਮ, ਉਹਦੇ ਵਿੱਚ ਮੈਂ ਆਪਣਾ ਲੋਹਾ ਮਨਵਾ ਸਕਦਾ। ਹਾਂਜੀ। ਇਹਦੇ ਵਿੱਚ ਮੈਂ ਲੋਹਾ ਨਹੀਂ ਮਨਵਾ ਸਕਦਾ। ਇਹਦੀ ਕੀ ਵਜ੍ਹਾ ਵਾ ਕਿਸ ਤਰ੍ਹਾਂ ਲੋਹਾ ਮਨਵਾ ਸਕਦਾ? ਇਹਦੀ ਲੋਹਾ ਅਸੀਂ ਕਬੂਤਰ ਸਾਹਿਬ ਤੁਸੀਂ ਕਰਦੇ ਮਸਾਲ, ਪਹਿਲਾਂ ਤਾਂ ਤੁਸੀਂ ਘਰੋਂ ਡੰਡਿਆਂ ਪੋਲਾਂ ਤੋਂ ਚਲੋ ਚੋਰੀ ਸ਼ੌਕ ਕਰ ਲਿਆ। ਹਾਂਜੀ। ਠੀਕ ਆ ਨਾ। ਠੀਕ ਆ।
ਮੁੜ ਕੇ ਕਬੂਤਰ ਤੁਸੀਂ ਸਰ ਕੀਤਾ, ਕਬੂਤਰ ਬੁੱਲਿਆਂ ਤੇ ਉੱਡ ਗਿਆ, ਤੁਸੀਂ ਲੱਭਣ ਤੁਰ ਪਏ ਪਿੰਡ ਚ 20 ਬੰਦਾ ਲੜਾਈ ਹੋ ਗਈ ਜੀ, ਕਿਉਂਕਿ ਪਿੰਡ ਚ ਜਾਲੀ ਲੋਕ ਬਹੁਤ ਰਹਿੰਦੇ ਚਿੜੀ ਮਾਰ। ਹਾਂਜੀ ਉੱਥੋਂ ਇੱਕ ਪਹਿਲਾ ਸਟੇਜ ਆ ਗਈ ਹੈ। ਹਾਂਜੀ ਦੂਸਰੀ ਸਟੇਜ ਤੁਸੀਂ ਕਬੂਤਰ ਘਰ ਲੈ ਆਉਂਦਾ, ਕਬੂਤਰ ਨੂੰ ਬਦਾਮ ਸ਼ੁਰੂ ਕੀਤੇ, ਬਦਾਮ ਵੀ ਤੁਸੀਂ ਦਾਣੇ ਵੇਚ ਕੇ ਕਬੂਤਰ ਕਿਲੋ ਬਦਾਮ ਲੈ ਆਉਂਦੇ। ਹਾਂਜੀ ਵਕਤ ਹੈ ਨਾ ਹਰ ਬੰਦੇ ਦੇ ਵਕਤ। ਹਾਂਜੀ ਹਾਂਜੀ ਸਹੀ ਗੱਲ। ਤੇ ਉਹ ਬੰਦੇ ਕਬੂਤਰ ਨੂੰ ਬਦਾਮ ਪਾਏ, ਕਬੂਤਰ ਛੱਡਿਆ, ਕਬੂਤਰ ਜ਼ਾਇਆ ਹੋ ਗਿਆ। ਹਾਂਜੀ ਉਹ ਜੀ ਤਿੰਨਾਂ ਚੌਹਾਂ ਦਿਨਾਂ ਬਾਅਦ ਪਤਾ ਲੱਗਦਾ ਜੀ ਫਲਾਣੇ ਬੰਦੇ ਜਗ੍ਹਾ ਗਿਆ, ਕਿਹਦਾ ਕਬੂਤਰ ਚੋਰੀ ਕੱਢ ਲਿਆ, ਜਾਂ ਕਿਹਦਾ ਇਹਨੇ ਵੀ ਫੜ ਲਿਆ। ਸ਼ੌਕ ਤੇ ਮੈਂ ਕਰਨਾ ਹੀ ਕਰਨਾ ਭਾਜੀ, ਬਿਲਕੁਲ, ਕਿਉਂਕਿ ਇਹਦਾ ਇੱਕ ਜਨੂੰਨ, ਸਭ ਤੋਂ ਨਸ਼ਿਆਂ 'ਚ ਭੈੜਾ ਨਸ਼ਾ ਕਬੂਤਰਬਾਜ਼ੀ ਦਾ ਭਾਜੀ। ਸਹੀ ਗੱਲ, ਜਿੰਨੇ ਵੀ ਨਸ਼ੇ ਨੇ ਸਭ ਤੋਂ ਬੁਰਾ ਨਸ਼ਾ ਕਬੂਤਰਬਾਜ਼ੀ ਦਾ, ਇਹਦੇ ਕੋਈ ਸ਼ੱਕ ਨਹੀਂ। ਜਦੋਂ ਮਾਰਚ ਅਪ੍ਰੈਲ ਦੀਆਂ ਧੁੱਪਾਂ ਲੱਗਦੀਆਂ ਨਾ, ਉਦੋਂ ਯਕੀਨ ਮੰਨੋ ਵੀ ਜਿਹੜੇ ਬੰਦੇ ਕਬੂਤਰਾਂ ਦਾ ਬੁੱਢੇ ਅੱਖਾਂ ਤੋਂ ਥੋਏ ਹੁੰਦੇ, ਉਹ ਵੀ ਕਬੂਤਰਾਂ ਦਾ ਚਸਕਾ ਲੈਂਦੇ ਆ ਜਾ ਕੇ ਬੰਦਿਆਂ ਕੋਲ ਬੈਗ। ਸਹੀ ਗੱਲ, ਦੱਸੋ ਕੀ ਬਣਿਆ। ਹਾਂਜੀ ਇੱਕ ਸਟੇਜ ਲੰਘ ਗਈ ਏ, ਹਾਂਜੀ ਅਗਲੀ ਸਟੇਜ ਆ ਗਈ, ਕਬੂਤਰ ਤੁਸੀਂ ਤਿਆਰ ਕਰਤਾ, ਕਬੂਤਰ ਤੁਹਾਡਾ ਸ਼ਾਮ ਕਰਨ ਦਿਆ। ਹਾਂਜੀ ਬਾਰਿਸ਼ ਪੈ ਗਈ, ਤੁਹਾਡਾ ਕਬੂਤਰ ਬਾਰਿਸ਼ 'ਚ ਜ਼ਾਇਆ ਹੋ ਗਿਆ, ਦੋ ਸਟੇਜਾਂ ਆ ਗਈਆਂ। ਹਾਂਜੀ ਸ਼ੌਕ ਤੁਹਾਡਾ ਫਿਰ ਪਿੱਛੇ ਚਲਾ ਗਿਆ, ਪਿੱਛੇ ਚਲਾ ਗਿਆ। ਹਾਂਜੀ ਬਿਲਕੁਲ ਸਹੀ ਗੱਲ, ਤੁਸੀਂ ਆਹ ਗੱਲਾਂ ਅੱਜ ਤੱਕ ਕਿਸੇ ਨੇ ਕੀਤੀਆਂ। ਵੈਸੇ ਭਾਈ ਸਾਹਿਬ ਨੇ ਜਿਹੜੀ ਬੜੀ ਨੌਲੇਜ ਹੋਣੀ ਯਾਰ, ਗੱਲਾਂ ਕਰ ਰਹੇ ਆ, ਓਬਜ਼ਰਵ ਬੰਦੇ ਨੇ ਕੀਤੀ ਹੈ ਵੀ ਇਹਦੇ 'ਚ ਮਿਹਨਤ ਕਰਕੇ ਵੀ ਬੰਦੇ ਨੂੰ ਜੇ ਨਾ ਕੁਛ ਲੱਭੇ ਤਾਂ ਨਾ ਲੱਭੇ, ਇਹ ਵਾਕਈ ਹਕੀਕਤ ਗੱਲ ਆ। ਤੀਸਰੀ ਸਟੇਜ ਆ ਗਈ ਜੀ, ਕਬੂਤਰ ਤੁਸੀਂ ਫਾਰ ਐਗਜ਼ਾਮਪਲ ਛੱਡ ਦਿੱਤਾ, ਬਾਜ਼ੀ ਛੱਡ ਦਿੱਤਾ, ਬਾਜ਼ੀ ਤਾਂ ਇਹ ਬਹੁਤ ਲੰਬੀ ਆ। ਹਾਂਜੀ ਤੁਸੀਂ ਫਿਰ ਇਹਦੀ ਬੇਸਿਕ ਦੇ ਬਾਰੇ ਜਾਣਦੇ ਨਹੀਂ, ਕਬੂਤਰਬਾਜ਼ੀ ਦੀ ਬੇਸ ਕੀ ਆ। ਜਿਹੜਾ ਬੰਦਾ ਦੂਸਰਾ ਤੀਸਰਾ ਵੇਖ ਲਓ, ਉਹਨੂੰ ਇਹ ਆ ਵੀ 8 ਦਿਨੀ ਮੈਂ ਉਸਤਾਦ ਬਣ ਜਾ। ਮੈਨੂੰ ਸਭ ਤੋਂ ਜ਼ਿਆਦਾ ਅਲਰਜੀ ਸ਼ੌਕ 'ਚ ਇਸ ਵਜ੍ਹਾ ਤੋਂ ਹੋਈ ਆ। ਇਹ ਤੁਹਾਡੀ ਗੱਲ ਮੈਂ ਟੁਕਣ ਲੱਗਾ, ਇਹਦੇ ਵਿੱਚ ਕਬੂਤਰਬਾਜ਼ੀ ਵਿੱਚ ਬੰਦੇ ਪਤਾ ਕੀ ਸੋਚਦੇ ਆ ਵੀ ਜ਼ਹਰ ਵੀ ਅੱਜ ਮੈਂ ਕਬੂਤਰ ਰੱਖੇ ਆ, 8ਵੇਂ ਦਿਨ ਮੈਂ ਬਾਜ਼ੀਆਂ ਛੱਡ ਕੇ ਮੈਂ ਜਿੱਤਣ ਲੱਗ ਜਾਊਂ, ਕੀ ਵਜ੍ਹਾ ਵਾ, ਕਿਉਂ ਬੰਦੇ ਇਹ ਜਾਂਦੇ? ਭਾਜੀ ਮੈਂ ਇਸ ਬੰਨੇ ਆ ਰਿਹਾ, ਤੁਹਾਡੇ ਇਸ ਗੱਲ ਦਾ ਜਵਾਬ ਦੇ ਰਿਹਾ ਵਾਂ। ਹਾਂਜੀ ਕਬੂਤਰ ਦੀ ਬੇਸਿਕ ਸਭ ਤੋਂ ਜ਼ਿਆਦਾ, ਕੋਈ ਵੀ ਬੱਚਾ ਜਵਾਨ ਹੁੰਦਾ ਨਾ, ਕਿਸੇ ਦਾ ਤੁਹਾਡਾ ਆਪਣਾ ਬੱਚਾ ਜਵਾਨ ਹੁੰਦਾ, ਉਹਦਾ ਸਕੂਲ ਤੁਹਾਨੂੰ ਅੱਛਾ ਤਾਲੀਮ ਦੇ ਸਕਦਾ ਵਾ। ਹਾਂਜੀ ਅੱਛਾ ਮਾਹੌਲ ਦੇ ਸਕਦਾ ਵਾ। ਹਾਂਜੀ ਉਹਦੀ ਜਿੰਨੀ ਵੀ ਬੱਚੇ ਦੀ ਜਿਹੜੀ ਸਟਰੈਂਥ ਆ ਨਾ, ਮਾਂ ਪਿਓ ਤੋਂ ਬਗੈਰ ਨਹੀਂ ਉਹਦੀ ਬਣ ਸਕਦੀ। ਬਿਲਕੁਲ ਸਹੀ ਗੱਲ ਆ, ਕੋਈ ਸ਼ੱਕ ਨਹੀਂ ਇਹਦੇ 'ਚ। ਜੋ ਤੁਹਾਡੀ ਗੱਲ ਦੱਸੀ ਹੋਣੀ, ਸਕੂਲ ਨੇ ਤਾਂ ਤਾਲੀਮ ਦੇਣੀ ਆ। ਹਾਂਜੀ ਬਾਕੀ ਜ਼ਿੰਮੇਵਾਰੀ ਮਾਂ ਪਿਓ ਦੀ ਹੁੰਦੀ, ਅਮਲ ਤੁਸੀਂ ਕਰਵਾਉਣਾ। ਹਾਂਜੀ ਬਿਲਕੁਲ, ਹੁਣ ਹਰ ਚੀਜ਼ ਇਹ ਉਹਨਾਂ 'ਤੇ ਸੁੱਟਦੀ ਨਾ, ਅਤੇ ਉਹਦੇ ਵਿੱਚ ਅਸੀਂ ਸ਼ਾਇਦ ਆਪਣੇ ਆਪ ਨੂੰ ਪ੍ਰਪੋਜ਼ ਨਾ ਕਰ ਸਕੀਏ, ਅਸੀਂ ਇਹਦੇ ਵਾਸਤੇ ਬਹੁਤ ਕੀਤਾ ਵਾ। ਹਾਂਜੀ ਕਬੂਤਰਾਂ ਦੇ ਨਾਲ ਨਾਲ ਆਪਣੀ ਹਰ ਤੁਹਾਡੀ ਅਖਲਾਕੀਆਤ, ਹਰ ਚੀਜ਼ ਤੁਹਾਡੀ ਬੈਨੀਫਿਟ ਹੋਣੀ ਬਹੁਤ ਜ਼ਰੂਰੀ। ਅੱਛੀ ਬਿਲਕੁਲ ਸਹੀ ਗੱਲ, ਤੁਸੀਂ ਉਹ ਸਟੇਜ ਦੇ ਇਸ ਬੰਨੇ ਆਉਂਦੇ ਆ, ਜਦੋਂ ਕਬੂਤਰ ਤੁਸੀਂ ਬਾਜ਼ੀ ਛੱਡ ਦਿੱਤਾ। ਹਾਂਜੀ ਬਾਜ਼ੀ ਛੱਡ ਕੇ ਤੁਸੀਂ ਫਿਰ ਉਸਤਾਦ ਨੂੰ ਗਾਣਾ ਕੱਢਣ ਲੱਗ ਪੈਂਦੇ, ਇਹਨੇ ਬੋਲੀ ਯਾਰ ਚੰਗੀ ਨਹੀਂ ਦਿੱਤੀ, ਇਹਨੇ ਮੇਰੇ ਕਬੂਤਰ ਦਾ ਭੱਠਾ ਭਾਜ ਦਿੱਤਾ। ਹਾਂਜੀ ਜੇ ਜਿੱਤ ਗਿਆ ਤਾਂ ਲਾਲਾ, ਜੇ ਨਾ ਜਿੱਤਿਆ ਤਾਂ ਮਾੜੀ ਮਾੜੀ। ਹਾਂ ਸਹੀ ਗੱਲ, ਹੁਣ ਉਸ ਬੰਦੇ ਨੂੰ ਇਹ ਨਹੀਂ ਪਤਾ ਵੀ ਜਿਹੜੇ ਬੰਦੇ ਨੇ ਉਸਤਾਦਾਂ ਵਾਲਾ, ਅਸਲ ਉਸਤਾਦਾਂ ਵਾਲਾ ਬੰਦਾ ਹੋ ਜੇ। ਹਾਂਜੀ ਜਿਹੜਾ ਆਪਣੇ ਉਸਤਾਦ ਦੀ ਲਾਈਫ ਟਾਈਮ ਇੱਜ਼ਤ ਕਰਦਾ। ਹਾਂਜੀ ਸਹੀ ਗੱਲ ਆ, ਔਰ ਉਹਦੇ ਕੋਲ ਇੰਨਾ ਬੈਲੈਂਸ ਹੈਗਾ ਵੀ ਮੈਂ ਆਪਣਾ ਭਾਰ ਵੀ ਚੁੱਕ ਸਕਦਾ, ਮੈਂ ਆਪਣੇ ਉਸਤਾਦ ਨੂੰ ਵੀ ਕਿਤੇ ਆ ਜਾ ਖੜ ਸਕਦਾ ਵਾਂ। ਸਹੀ ਗੱਲ, ਪਾਕਿਸਤਾਨ ਦੇ ਵਿੱਚ 80% ਉਸਤਾਦ ਲੋਕ ਮਾੜੇ ਨੇ, 80% ਲੋਕ ਉਸਤਾਦ ਮਾੜੇ ਨੇ। ਬਿਲਕੁਲ, ਮੈਂ ਬਹੁਤ ਉਸਤਾਦ ਦੇਖ ਚੁੱਕਿਆ ਜਿਹੜੇ ਮੈਂ ਗਾਲਾਂ ਹੀ ਖਾਂਦੇ ਵੇਖਣ ਦਿਆਂ ਇਸ ਟਾਈਮ, ਤੇ ਸੋਸ਼ਲ ਮੀਡੀਆ ਦਾ ਦੌਰ ਆ, ਹੁਣ ਦੇ ਦੌਰ ਦੇ ਵਿੱਚ ਹੁਣ ਲੋਕਾਂ ਨੂੰ, ਆਵਾਮ ਨੂੰ ਨਹੀਂ ਪਤਾ ਹੈਗਾ ਵੀ ਝੂਠ ਜਿਹੜਾ ਇਹ ਫੈਲਦਾ ਵਾ। ਹਾਂਜੀ ਸੱਚ ਜਿਹੜਾ ਬਿਆਨ ਕਰਨਾ ਪੈਂਦਾ, ਜਿਹੜਾ ਕਿ ਅੱਜ ਅਸੀਂ ਕਰ ਰਹੇ ਹਾਂ ਇਨਸ਼ਾਅੱਲਾ, ਜਿਹੜਾ ਸੱਚ ਆ ਉਹਨੂੰ ਨਾਲੇ ਬੰਦੇ ਕਹਿੰਦੇ ਵੀ ਰਿਹਾ ਵੀ ਬੰਦਾ ਬਦਨਾਮ ਕਰੇ, ਝੂਠ ਬੜੀ ਜਲਦੀ ਬੰਦੇ ਕੈਚ ਕਰਦੇ। ਹਾਂਜੀ ਉਹ ਕਿਉਂਕਿ ਫੈਲਦਾ ਨਾ, ਉਹ ਵਾਹ ਵਾ ਇੱਕ। ਹਾਂਜੀ ਸੱਚ ਬਿਆਨ ਕਰਨਾ ਪੈਂਦਾ। ਸਹੀ ਗੱਲ ਆ, ਤੇ ਮੈਂ ਯਕੀਨ, ਸੱਚ ਨਾਲੇ ਲੱਗਦਾ ਵੀ ਮਾੜਾ ਬੰਦਾ, ਅਸੀਂ ਸਾਨੂੰ ਕਈ ਦਫਾ ਆਪਣੇ ਆਪ ਤੇ ਸ਼ਰਮ ਆਉਣ ਲੱਗ ਪਈ, ਕਈ ਦਫਾ ਮੈਂ ਮਹਿਸੂਸ ਕਰਕੇ ਮੈਨੂੰ ਸ਼ਰਮਿੰਦਗੀ ਹੋਈ, ਮੈਂ ਸੋਚਦਾ ਮੈਂ ਸ਼ੌਕ ਘਟਾ ਦੇਣਾ ਵਾ ਯਾਰ, ਮੈਂ ਇੰਨੀ ਪਾਪੂਲੈਰਿਟੀ ਤੋਂ ਰਿਹਾ ਜਿਹਦੇ ਵਿੱਚ ਗਾਣਾ। ਸਹੀ ਗੱਲ, ਇੰਨੀਆਂ ਬਾਜ਼ੀਆਂ ਜਿੱਤੀਆਂ ਆਪਣੀ ਜ਼ਿੰਦਗੀ 'ਚ, ਮੇਰਾ ਮੁੰਡਾ ਸ਼ਬਾਦ ਦੋਸਤ ਵੀ ਆ, ਸ਼ਹੀਦ ਵੀ ਆ ਮੇਰਾ, ਆ ਮੇਰਾ ਆ ਵੀ ਸ਼ਹੀਦ ਨੇ। ਠੀਕ ਆ, ਸਾਨੂੰ ਆਪਣੀ ਪਿਛਲੇ ਸਾਲ ਦੀਆਂ ਬਾਜ਼ੀਆਂ ਦਾ ਨਹੀਂ ਚੇਤਾ ਹੁੰਦਾ ਸੀ ਕਿੰਨੀਆਂ ਜਿੱਤੇ ਆ। ਠੀਕ ਆ, ਇੱਥੇ ਜਿਨ੍ਹਾਂ ਨੇ 10 ਸਾਲਾਂ 'ਚ ਇੱਕ ਬਾਜ਼ੀ ਜਿੱਤੀ, ਹਰ ਸਾਲ ਉਹੀ ਸਾਡੇ ਅੱਗੇ ਆਈ ਜਾਂਦੇ, ਉਹੀ ਉਹ ਬੰਦੇ ਜਾ ਕੇ ਅਗਲੇ ਤੇ ਘਰਾਂ 'ਚ ਹੱਥ ਮਾਰ ਮਾਰ ਕੇ ਦੱਸਦੇ ਸੀ ਅੱਜ ਕੀਤਾ ਸੀ, ਅੱਜ ਅੱਜ ਕੀਤਾ। ਹਾਂਜੀ ਸਾਨੂੰ ਇਸ ਗੱਲ ਤੋਂ ਬਹੁਤ ਜ਼ਿਆਦਾ ਸ਼ਰਮਿੰਦਗੀ ਜੀ, ਮੈਂ ਸਮਝਦਾ ਮੈਂ ਸ਼ੌਕ ਤੋਂ ਇਸ ਵਜ੍ਹਾ ਤੋਂ ਪਿੱਛੇ ਆ ਰਿਹਾ। ਠੀਕ ਆ,
ਇੱਕ ਬੰਦੇ ਚਾਰ ਬੰਦੇ ਆਪਾਂ ਭਰਾ ਬੈਠੇ ਆਪਾਂ ਮੁਖਲਸ ਆ। ਹਾਂਜੀ, ਜਦੋਂ ਵੀ ਤੁਹਾਡਾ ਆਪਣਾ ਇੱਕ ਦੂਜੇ ਦਾ ਭੱਠਾ ਪਾਉਣਾ, ਆਪਾਂ ਨੇ ਵਿੱਚੋਂ ਕਿਸੇ ਨੇ ਉੱਠਣਾ, ਬਾਹਰੋਂ ਮੁਖਾਲਫ ਨੇ ਨੀ ਸਾਡੇ ਕਿਸੇ ਨੇ ਕੁਛ। ਬਿਲਕੁਲ ਸਹੀ ਗੱਲ, ਮੁਖਾਲਫ ਨੂੰ ਕੀ ਪਤਾ ਜੀ, ਜਦੋਂ ਤੁਸੀਂ ਪਾਪੂਲੈਰਿਟੀ ਵਾਲੇ ਤੁਸੀਂ ਅਰੂਜ ਤੇ ਜਾ ਰਹੇ ਆ, ਤੁਹਾਡੇ ਹਮੇਸ਼ਾ ਆਪਣੇ ਖਿੱਚਣ ਵਾਲੇ ਹੋਣਗੇ। ਉਹ ਜਿਹੜੇ ਨਾਸਰਬਾਦ ਲੋਕ ਨੇ ਨਾ, ਜਿਹੜੇ ਇਹ ਗਲਤ ਪੋਲਿਸੀ ਇਸਤੇਮਾਲ ਕਰਦੇ ਆ, ਜਿਹੜੇ ਕਿ ਤੁਰਮੁਖਾਂ ਬਣੇ ਹੁੰਦੇ, ਤਿੰਨਾਂ ਜਿਹਨਾਂ ਤੇਰਾ ਸ਼ੌਕ ਨਾ ਕਰਨਾ ਨਾ ਕਰਾਉਣਾ ਨਾ ਅਗਲੇ ਨੂੰ ਕਰਨ ਦੇਣਾ, ਉਹ ਇਹ ਲੋਕ ਹੁੰਦੇ ਨੇ ਵੀ ਆਪਣਾ ਮੇਰੇ ਨਾਲ ਰਹਿ ਕੇ ਚਾਰ ਦਿਨ ਨਾ ਕਮਾਇਆ, ਮੇਰੇ ਨਾਲ ਪਾਪੂਲੈਰਿਟੀ ਹਾਸਲ ਕੀਤੀ, ਤੀਜੇ ਦਿਨ ਆਪ ਉੱਥੇ ਪੰਜਵੀਂ ਜਗ੍ਹਾ ਤੇ ਜਾ ਕੇ ਬੈਠੇ ਹੁੰਦੇ ਆ। ਅੱਗੋਂ ਜਾਲੀ ਉਹ, ਹੁਣ ਮੈਨੂੰ ਕਈ ਬੰਦਿਆਂ ਨੇ ਪੁੱਛਿਆ ਯਾਰ ਜ਼ਾਹ ਤੂੰ ਬੰਦੇ ਕਿੱਦਾਂ ਪਛਾਣਨਾ, ਇੱਦਾਂ ਦੇ ਜਿਹੜੇ ਨਿਕੱਲੇ ਹੁੰਦੇ ਆ ਰੂੜੀ ਵਾਲੇ। ਹਾਂਜੀ, ਮੈਂ ਕਿਹਾ ਵੀ ਮੈਂ ਤਿੰਨ ਚਾਰ ਬੰਦੇ ਨਾ ਰੱਖਦਾ ਵਾਂ, ਜਿਹੜੇ ਬੰਦੇ ਮੇਰੇ ਨਾਂ ਰਹਿੰਦੇ, ਤਿੰਨ ਚਾਰ ਐਸੇ ਜਾਲੀ ਆ, ਸਾਰੇ ਅਸਲੀ ਨਹੀਂ ਨਾ ਰੱਖੀ ਦੇ ਵਿੱਚ, ਜਾਲੀ ਵੀ ਹੁੰਦੇ ਤਿੰਨ ਚਾਰ ਹਰ ਗਰੁੱਪ 'ਚ। ਹਾਂਜੀ, ਉਹ ਜਦੋਂ ਉਹਨਾਂ ਜਾਲੀਆਂ ਨਾਲ ਮੈਂ ਬੰਦਾ ਕੋਈ ਬੈਠਾ ਵੇਖ ਲੈਣਾ, ਮੈਂ ਨਾਲ ਉਹਨਾਂ ਦੇ ਸ਼ਾਮਿਲ ਕਰ ਦੇਣਾ ਵੀ ਤੂੰ ਆ ਜਾ। ਹਾਂਜੀ, ਆ ਵੀ ਗੱਲ ਦੀ ਸਮਝ। ਬਿਲਕੁਲ, ਕਿਉਂਕਿ ਜਿਹੜੇ ਬੰਦੇ ਨੇ ਮੈਨੂੰ ਤੇ ਜਿੰਨੇ ਦੱਸਣਾ ਨਾ, ਮੇਰਾ ਤੇ ਅੱਛਾ ਬੰਦਾ ਹੋਏ, ਜਿਹਨੇ ਮੈਨੂੰ ਹਰ ਆਪਣਾ ਦੁੱਖ ਦਰਦ ਸੁਣਾਉਣਾ, ਮੈਂ ਉਹਨੂੰ ਵੀ ਦੱਸਣਾ। ਸਹੀ ਗੱਲ, ਹੁਣ ਇੱਕ ਬੰਦਾ ਤੂੰ ਹੁਣ ਕਹਿੰਦੇ ਆਪਾਂ ਚਾਪਾਂ ਉਸਤਾਦ ਨੂੰ ਪਤਾ ਨਹੀਂ ਲੱਗਣ ਦੇਣਾ, ਇੱਦਾਂ ਕਰੀਏ ਹੁਣ ਉਹ ਇੰਝ ਕਰਦੇ ਆ, ਫਲਾਣ ਕਰਦੇ, ਉਹ ਫਿਰ ਬੰਦੇ ਜਿਹੜੇ ਆ ਨਾ, ਉਹ ਫਿਰ ਉਸਤਾਦ ਉਹਨਾਂ ਤੋਂ ਉਹ ਆਪ ਸੋਚਦੇ ਰਹਿੰਦੇ ਸਾਰੀ ਉਮਰ ਵੀ ਸਾਨੂੰ ਕਿਉਂ ਨਹੀਂ ਕੁਝ ਦੱਸਦਾ ਉਸਤਾਦ। ਉਹਨਾਂ ਨੂੰ ਦੱਸਣਾ ਵੀ ਤੁਸੀਂ ਰੂੜੀ ਆ, ਰੂੜੀ ਤੇ ਚਲੇ ਗਏ, ਰੂੜੀ ਤੇ ਚਲੇ ਗਏ, ਰੂੜੀ ਦੀ ਸ਼ਹਿਰ ਰੂੜੀ ਤੇ ਜਾਣੀ ਭਾਈ, ਯਾਨੀ ਕਿ ਤੁਹਾਡੇ ਕਹਿਣ ਦਾ ਮਕਸਦ ਇਹ ਵੀ ਜਿਹੜਾ ਬਾ ਦਾ ਬਾ ਬਾ ਨਸੀਬ ਹੀ ਹੋਵੇ। ਹਾਂ, ਅਸਲ 'ਚ ਬਾ ਦਾ ਬਾ ਨਸੀਬ, ਬੇਅਦਬ ਬੇਨਸੀਬ, ਬੇਨਸੀਬ, ਬਸ ਜੀ ਗੱਲ ਆ। ਕਬੂਤਰ ਆ ਜਿਹੜੇ ਇਸ ਟਾਈਮ ਤੁਹਾਡੇ ਕੋਲ ਮੌਜੂਦ ਪਏ, ਹਾਂਜੀ, ਕਿਹੜੀ ਨਸਲ ਆ ਕਬੂਤਰਾਂ ਦੀ? ਇਹੋ ਜਿਹੀ ਤੁਹਾਨੂੰ ਮੈਂ ਦੱਸੀ ਆ, ਚੂੜਾ ਵਾਲੇ, ਪੀਰਮਾਲ ਵਾਲੇ। ਹਾਂਜੀ, ਮੇਰੇ ਉਸਤਾਦ ਨੇ ਇੱਕ ਦੋ ਮੈਨੂੰ ਕਬੂਤਰੀਆਂ ਦਿੱਤੀਆਂ, ਹੁਣ ਦਿੱਤੀਆਂ 2 ਸਾਲ ਤੇ ਕਬੂਤਰੀ ਦਿੱਤੀ ਸੀ। ਠੀਕ ਹੈ, ਉਸਤਾਦ ਸੁਣ ਲਿਆ ਨਹੀਂ? ਨਹੀਂ ਨਹੀਂ, ਉਸਤਾਦ ਜਵੇਦ ਪੀਰਮਾਲ ਮੇਰਾ ਜਿਹੜਾ ਉਸਤਾਦ ਹੈ ਨਾ ਕਬੂਤਰਬਾਜ਼ੀ, ਜੋ ਮੇਰਾ ਉਸਤਾਦ ਜਵੇਦ ਆ ਪੀਰਮਾਲ। ਅੱਛਾ ਜੀ। ਹਾਂਜੀ, ਮੇਰੇ ਉਸਤਾਦ ਦੇ ਮੋਹਤਰਮ ਨੇ ਜੀ। ਠੀਕ ਹੈ, ਤੇ ਬੜੇ ਅੱਛੇ ਇਨਸਾਨ ਨੇ, ਬੜੇ ਅੱਛੇ ਅਖਲਾਕ ਦੇ ਮਾਲਕ। ਜਿਹੜੇ ਕਬੂਤਰ ਤੁਹਾਡੇ ਕੋਲ ਬਾਜ਼ੀਆਂ ਛੱਡਣ ਵਾਲੇ, ਹਾਂਜੀ, ਸਿੱਧੇ ਲਿਜਾ ਕੇ ਛੱਡਦੇ ਆ ਕਿ ਏਡੇ ਲਾ ਕੇ? ਇਲਾਕੇ 'ਚ ਸਭ ਤੋਂ ਪਹਿਲੇ ਛੱਡਣ ਵਾਲਾ ਸਿੱਧੇ ਕਬੂਤਰ ਵੀ ਮੈਂ ਹੀ ਹਾਂ। ਠੀਕ ਆ, ਪੂਰੇ ਆਪਣੇ ਰਜਿਸਟਰ ਨਨਕਾਣੇ 'ਚ ਕਿਸੇ ਵੀ ਤੁਸੀਂ ਸ਼ਿਕਾਰੀ ਨੂੰ, ਮੇਰੇ ਇਲਾਕੇ ਦੇ ਬੜੇ ਬੜੇ ਅੱਛੇ ਸ਼ਿਕਾਰੀ ਨੇ, ਹਾਂਜੀ, ਤੁਸੀਂ ਕਿਸੇ ਵੀ ਸ਼ਿਕਾਰੀ ਨੂੰ ਪੁੱਛੋਗੇ ਸਭ ਤੋਂ ਪਹਿਲੇ ਸਿੱਧੇ ਛੱਡਣ ਵਾਲੇ ਕਬੂਤਰ ਬਾਜ਼ ਅਸੀਂ ਹਾਂ। ਹਲੇ ਵੀ ਸਿੱਧੇ ਛੱਡਦੇ ਆ? ਛੱਡੀ ਦਿਆ ਜੀ ਕਬੂਤਰ, ਸਿੱਧੇ ਸਿੱਧੇ ਛੱਡਣ ਵਾਲੇ ਕਬੂਤਰ ਹੈ ਹਲੇ? ਹਾਂਜੀ, ਹੈਗੇ। ਅੱਛਾ, ਤੁਹਾਨੂੰ ਮੈਂ ਇੱਕ ਸਵਾਲ ਕਰਦਾ। ਹਾਂਜੀ, ਇਹ ਮੈਨੂੰ ਕਿਸੇ ਬੰਦੇ ਨੇ ਇੱਕ ਸਵਾਲ ਕੀਤਾ ਸੀ, ਮੈਂ ਚਲੋ ਹੁਣ ਵੀਡੀਓ ਚੱਲ ਰਹੀ ਆ ਪੁੱਛਦੇ ਆ। ਇੱਕ ਕਬੂਤਰ ਮੋੜ 'ਚ ਪੈ ਜਾਂਦਾ, ਹਾਂਜੀ, ਉਹਨੂੰ ਆਪਾਂ ਰਾਤ ਨੂੰ ਬਦਾਮ ਦੇ ਦਿੰਦੇ ਆ 6 ਜਾਂ 7, ਹਾਂਜੀ, ਸੁਬਾਹ ਨੂੰ ਅਗਰ ਉਹ ਬਦਾਮ ਵਿੱਚੋਂ 1-2 ਲੈ ਕੇ ਬੈਠਾ, ਉਹਨੂੰ ਕਬੂਤਰ ਨੂੰ ਪਲਟ ਕੇ ਛੱਡਣਾ ਚਾਹੀਦਾ ਜਾਂ ਉਹਨੂੰ ਤਾਜ਼ੀ ਖੁਰਾਕ ਦੇਣੀ ਚਾਹੀਦੀ? ਉਹਨੂੰ ਬਿਲਕੁਲ ਨਹੀਂ ਪਲਟਣਾ ਜੀ, ਉਹਦੀ ਸਟ੍ਰੈਂਥ ਹੀ ਖਤਮ ਹੋਈ ਹੈ ਜਿਹੜੇ ਉਹਨੇ ਬਦਾਮ ਹੀ ਨਹੀਂ ਖਾਏ। ਹਾਂਜੀ, ਉਹਨੂੰ ਬਦਾਮ ਤੁਸੀਂ 18 ਦੇ ਕੇ ਹੋਰ ਛੱਡ ਦਿਓ। 18 ਹੋਰ ਦੇ ਕੇ ਛੱਡ ਦਈਏ, 18 ਬਦਾਮ ਦੇ ਕੇ ਉਹਨੂੰ ਛੱਡ ਦਿਓ। ਪਤਾ ਕੀ, ਉਹਦੇ ਸਟ੍ਰੈਂਥ ਤੇ ਅੱਗੇ ਖਤਮ ਹੋਈ ਉਹਦੀ। ਉਹਨੇ ਕਬੂਤਰ ਕਈ ਇੱਦਾਂ ਦੇ ਵੀ ਸਾਡੇ ਕੋਲ ਆਏ, ਆਪਣਾ ਜ਼ਾਤੀ ਤਜਰਬਾ ਦੱਸਣ ਲੱਗਾ, ਮੈਨੂੰ ਕਿਸੇ ਦਾ ਨਹੀਂ ਪਤਾ, ਆਪਣਾ ਜ਼ਾਤੀ ਤਜਰਬਾ ਹੀ ਦੱਸਣਾ ਚਾਹੀਦਾ। ਯਕੀਨ ਮੰਨੋ ਵੀ ਕਬੂਤਰ ਇੱਕ ਬਦਾਮ ਹੀ ਨਹੀਂ ਤੋੜਿਆ, ਹਾਂਜੀ, ਇੱਕ ਤਾਂ ਸਵੇਰੇ 20 ਬਦਾਮ ਦੇ ਕੇ ਉਹਨੂੰ ਤਾਂ ਪਾਣੀ ਵੀ ਉਹਨੂੰ ਅਸੀਂ ਦੇ ਕੇ ਪੋਟਾ ਭਰ ਕੇ ਉਹਨਾਂ ਚੱਲ ਰਿਹਾ, ਜੇ ਉੱਡਣਾ ਤਾਂ ਪੁੱਤਰਾ ਇੱਦਾਂ ਹੀ ਉੱਡਣਾ ਵਾ, ਜੇ ਬਹਿਣਾ ਫਿਰ ਬਹਿ ਜਾਂਦੇ, ਨਹੀਂ ਉਹਨੇ ਪਰਚੇ ਲਾਹ ਤੇ ਹੋਟਲ ਜਿੱਤ ਗਿਆ, ਜਿੱਤ ਗਿਆ ਨਾ ਸ਼ਾਮ, ਹਾਂਜੀ, ਭੁੱਖਾ ਕੇ ਬੈਠਾ ਹੈ ਇਹ ਨਾ। ਮੈਨੂੰ ਇੱਕ ਮੇਰਾ ਬੜਾ ਪਿਆਰਾ ਦੋਸਤ ਦਾ ਨਾਮ ਨਹੀਂ ਉਹਦਾ ਮੈਂ ਲੈਣਾ, ਅਗਰ ਮੇਰੀ ਵੀਡੀਓ ਉਹ ਦੇਖ ਰਿਹਾ ਤਾਂ ਮੈਨੂੰ ਉਹਨਾਂ ਨੇ ਸਵਾਲ ਕੀਤਾ ਵੀ ਭਾਈ ਸੇਲ ਜਿਹੜਾ ਕਬੂਤਰ ਮਸਲ ਮੋੜ 'ਚ ਪੈ ਜਾਂਦਾ, ਹਾਂਜੀ, ਸੁਬਹ ਨੂੰ ਪਲਟ ਕੇ ਚਲਾਉਣਾ ਚਾਹੀਦਾ ਕਿ ਨਹੀਂ ਚਲਾਉਣਾ? ਮੈਂ ਇੱਕ ਗੱਲ ਸੁਣ ਲਓ ਮੇਰੀ, ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਜ਼ਾਤੀ ਤਜਰਬੇ ਦੀ ਗੱਲ ਸੁਣਾਉਣਾ, ਹਾਂਜੀ, ਵੀ ਮੋੜ ਦੇ ਵਿੱਚ ਕਬੂਤਰ ਦੀ ਗਰੰਟੀ ਕੋਈ ਵੀ ਨਹੀਂ ਜਿੱਤਣਾ। ਕਬੂਤਰਾਂ ਨੂੰ ਖੁਰਾਕ ਹਜ਼ਮ ਕਰਕੇ ਜਿਸਮ ਪੂਰਾ ਕਰਕੇ ਵੀ ਟਾਈਮ ਨਾਲ ਬਹਿ ਜਾਂਦਾ। ਕਈ ਮੈਸਾਂ ਦੇ ਕਬੂਤਰ ਵੀ ਮੇਰੇ ਨਾਲ ਜਿਹੜੀ ਹੋਈ ਆ, ਕਬੂਤਰ ਸਾਰੀ ਦਾ ਜਿਸਮ ਨਹੀਂ ਪੂਰਾ ਕੀਤਾ, ਗਲਾਚ ਦੇ ਰਹੇ, ਬਾਜ਼ੀ ਛੱਡੇ, ਬਾਜ਼ੀ ਜਿੱਤ ਗਏ। ਮੋੜ ਦੀ ਕੋਈ ਗਰੰਟੀ ਤੁਹਾਡੇ ਤਜਰਬੇ ਦੇ ਮੁਤਾਬਕ ਹੈ ਵੀ ਹਾਂ ਵੀ ਮੈਂ ਮੋੜਿਆ ਤੇ ਮੇਰਾ ਜਿੱਤੂਗਾ ਜਿੱਤੂਗਾ? ਇਹ ਭਾਜੀ ਮੈਂ ਤੁਹਾਨੂੰ ਦੱਸਾਂ, ਕਬੂਤਰ ਬਾਜ਼ੀ 'ਚ ਗਰੰਟੀ ਹੈ ਹੀ ਨਹੀਂ ਗੀ, ਨਹੀਂ ਨਾ ਹੈਗੀ ਇਹਦੀ 'ਚ ਗਰੰਟੀ। ਕਰਦਾ ਮੈਂ ਅੱਗੇ ਗੱਲ ਦੱਸੀ, ਕਬੱਡੀ ਦਾ ਮੈਂ ਕਹਿੰਦਾ ਘੁਲਣਾ, ਮੈਂ ਵਾਅਦਾ ਕਹਿ ਸਕਦਾ ਮੈਂ ਤੈਨੂੰ ਢਾ ਲੈਣਾ, ਕਬੂਤਰ ਬਾਜ਼ੀ 'ਚ ਕਹਿ ਨਹੀਂ ਸਕਦਾ ਮੁੱਠੋਂ ਲੱਗਾ ਕਿਸੇ ਦਾ। ਹਾਂਜੀ ਬਿਲਕੁਲ, ਇਹ ਤੇ ਇੱਕ ਕਿਉਂਕਿ ਮੇਰੀਆਂ ਵੀ ਨਾ ਭਾਜੀ ਜਿੱਤੇ ਦਾ ਹੁੰਦੀਆਂ ਗੱਲਾਂ ਸਿੱਧੀਆਂ, ਹਾਂਜੀ, ਨਾ ਆਪਣੇ ਕੋਲ ਫੁੱਟਬਾਲ ਹੁੰਦਾ, ਬੰਦੇ ਸਾਰੇ ਆਪਣੇ ਦੇਖਦੇ ਆਪਣੀ ਬਾਹਰ ਖੜੀ ਬੋਲਦਾ ਕਹਿ ਦੇਵੇ, ਝੂਠੇ ਸੇਲ ਨੇ ਕਦੇ ਕਿਸੇ ਦਾ ਕਬੂਤਰ ਠੱਗ ਲਿਆ, ਕਿਸੇ ਕਬੂਤਰ ਫੜ ਕੇ ਗੋਲਿਆ ਭਾਈ, ਬੰਦਾ ਮੈਦਾਨ 'ਚ ਆ ਜਾਵੇ, ਹਾਂਜੀ, ਸਵਾਦ ਉਹ ਹੁੰਦਾ ਵੀ ਜਿਹੜਾ ਬੰਦਾ ਕਹੇ ਹਾਂ ਵੀ ਇੱਧਰ ਆ ਗੱਲ ਕਰ, ਝੂਠੇ ਅੱਛੇ ਬੰਦੇ ਆ ਜਿਹੜੇ ਉਹ ਕਬੂਤਰ ਜੇ ਕਿਸੇ ਨੂੰ ਬੱਚੇ ਨੇ ਤੁਸੀਂ ਦਿੱਤਾ, ਬਾਅਦ 'ਚ ਬੰਦੇ ਦਾ ਨਾਂ ਹੀ ਲੈਂਦੇ ਕਿ ਮੈਂ ਉਹਦੇ ਕੋਲ ਲੈ ਕੇ ਆਇਆ। ਠੀਕ ਹੈ।
ਬੰਦੇ ਦੇ ਆਹ ਹਾਲਾਤ ਆ ਆਪਣੀ ਕਬੂਤਰਬਾਜ਼ੀ ਦੇ, ਮੈਂ ਜੀ ਆਪਣੀ ਲਾਈਫ 'ਚ ਜਿਹੜੇ ਤੁਹਾਡੇ ਅੱਛੇ ਦੋਸਤ ਆ ਜੀ ਮੇਰੇ ਹਿਸਾਬ ਕਬੂਤਰਬਾਜ਼ੀ ਵਿੱਚ, ਉਹੀ ਤੁਹਾਡਾ ਕੀ ਗੱਲ ਆ ਕੁੱਲ ਸਰਮਾਇਆ ਕਬੂਤਰਬਾਜ਼ੀ ਜਿਹੜੀ ਅੱਛੇ ਦੋਸਤ ਹੀ ਹੁੰਦੇ ਆ ਬਸ ਭਾਜੀ ਸੇਲ। ਮੈਂ ਆਪਣੀ ਲਾਈਫ ਦੇ ਵਿੱਚ ਨਾ ਜਦੋਂ ਕੋਈ ਕਬੂਤਰ ਲਿਆ ਅੱਜ ਤੱਕ, ਹਾਂਜੀ ਹੁਣ ਦੇਖੋ ਜੀ ਮੈਂ ਪੂਰੇ ਪੀਰ ਮਹੱਲ ਦਾ ਨਾਂ ਲਿਆ, ਰਾਣੇ ਕੈਸਰ ਕੋਲ ਅਸੀਂ ਕਬੂਤਰ ਲਏ ਹੋਏ ਆ, ਹਾਂਜੀ ਸ਼ਾਦੇ ਸਲੇਮ ਪਰ, ਉਹ ਜਿਹੜੇ ਉਹ ਕਬੂਤਰ ਜਿਨ੍ਹਾਂ ਦੇ ਅਸੀਂ ਗਾਂ ਨਸਲਾਂ ਡਾਈਆਂ ਹੋਈਆਂ, ਹਾਂਜੀ ਜਿਹਦੇ ਕੋਲ ਇਹਦੇ ਵਿੱਚ ਤੁਸੀਂ ਦੱਸੋ ਮੈਂ ਝੂਠ ਮਾਰ ਕੇ ਕੀ ਗੱਲ, ਮੈਂ ਕਿਹੜੀ ਦੁਕਾਨਦਾਰੀ ਜਿਹੜੇ ਮੈਂ ਕਿਸੇ ਨੂੰ ਠੱਗਣਾ ਜਾਂ ਮੈਂ ਕਿਸੇ ਨੂੰ ਤਾਂ ਲਾਉਣਾ, ਜਿਹੜੇ ਬੰਦੇ ਸਾਡੀ ਲਾਈਫ ਨੂੰ ਜਾਣਦੇ ਨਹੀਂ ਉਹ ਸਾਡੇ। ਦੇਖੋ ਜੀ ਮੇਰਾ ਕਈ ਜਗ੍ਹਾ ਤੇ ਨਾ ਸੁਭਾਅ ਸ਼ੁਰੂ ਹੁੰਦਾ ਸ਼ਾਮ ਨੂੰ ਮੇਰੇ ਤੇ ਮੁੱਕ ਜਾਂਦੀ ਗੱਲ, ਮਾੜੀ ਵੀ ਮੇਰੀ ਚੰਗੀ ਵੀ ਮੇਰੀ, ਸਹੀ ਗੱਲ, ਅਗਰ ਮੇਰੇ 'ਚ ਕੁਛ ਹੈਗਾ ਤੇ ਕੋਈ ਮੇਰਾ ਨਾਂ ਲੈ, ਬਿਲਕੁਲ ਜਿਹੜਾ ਮੁਖਾਲਫ ਹੁੰਦਾ ਜੀ ਇਹ ਆਪਣੀ ਸਿਆਣ ਦੀ ਕਹਾਵਤ ਵੀ ਆ, ਜਿਹੜਾ ਤੁਹਾਡੇ ਬਰਾਬਰ ਨਹੀਂ ਨਾ ਪਹੁੰਚ ਸਕਦਾ ਉਹ ਤੁਹਾਡੀ ਕੋਲ ਹੋਈ ਗੱਲ। ਮੈਂ ਕਈ ਵਾਰੀ ਸੁਣਨਾ ਵਾ ਅਸੀਂ ਇਲਾਕੇ ਦੇ ਚੈਂਪੀਅਨ ਰਹੇ ਹੋਏ, ਸਾਡੇ ਮੇਰੇ ਇਲਾਕੇ ਦੇ ਮੇਰੇ ਦੋਸਤ ਹੀ ਆ ਬੜੇ ਪਿਆਰੇ, ਹਾਂਜੀ ਤੁਹਾਨੂੰ ਮੈਂ ਥੋੜੀ ਮਜ਼ੇ ਵਾਲੀ ਗੱਲ ਦੱਸਦਾ ਵਾਂ, ਹਾਂਜੀ ਮੇਰੇ ਇਲਾਕੇ ਦੇ ਬਹੁਤ ਅੱਛੇ ਦੋਸਤ ਆ ਉਹ, ਹਾਂਜੀ ਮੈਂ ਲਾਈਫ 'ਚ ਉਹਨਾਂ ਦੇ ਨਾਲ ਕੋਈ ਚੰਦ ਦਿਨ ਕੱਢੇ ਆ, ਹਾਂਜੀ ਮੈਨੂੰ ਕੋਈ ਜਿਹੜੀ ਮੈਚਿਓਰਿਟੀ ਨਹੀਂ ਸੀ ਨਾ ਆਉਣੀ ਉਹਨਾਂ ਬੰਦਿਆਂ ਨੇ ਦਿੱਤੀ ਹੋਈ ਆ, ਹਾਂਜੀ ਮੌਕੇ ਦੇ ਨਾਲ ਚੱਲਣਾ ਕਿੱਦਾਂ ਵਾ, ਹਾਂਜੀ ਮੈਂ ਉਹ ਫਿਰ ਮੌਕਾ ਇੱਦਾਂ ਚੱਲਿਆ ਵੀ ਆਪਣੀ ਜ਼ਿੰਦਗੀ ਦਾ ਸਿੱਖ ਵੀ ਇਕੱਲੇ ਨਾਲ ਆਪਣੇ ਆਪ ਨਾਲ ਚੱਲਣਾ ਕਿਸੇ ਨਾਲ ਨਹੀਂ ਚੱਲਣਾ, ਠੀਕ ਆ। ਤੁਸੀਂ ਜਿਹੜਾ ਕਬੂਤਰਬਾਜ਼ੀ ਦਾ ਸ਼ੌਕ ਆ ਜ਼ਿਆਦੀ, ਹਾਂਜੀ ਇਹਦੇ 'ਚ ਕੀ ਆਪਣੇ ਦੇਖਣ ਵਾਲੇ ਨੂੰ ਮੈਸੇਜ ਦੇਣਾ ਚਾਹੁੰਦੇ ਹੋ, ਕੀ ਮੈਸੇਜ ਦਊਂਗੇ ਕਬੂਤਰਬਾਜ਼ੀ ਕੀ ਆ ਕਿਵੇਂ ਕਰਨੀ ਚਾਹੀਦੀ ਆ, ਸ਼ੌਕ ਸਿੱਧੀ ਸਟੇਟ ਫਾਰਵਰਡ ਗੱਲ, ਸਟੇਟ ਫਾਰਵਰਡ ਦਾ ਸ਼ੌਕ ਜੇ ਅਗਰ ਕਰਨਾ ਨਾ ਸਭ ਤੋਂ ਪਹਿਲਾਂ ਤੇ ਤੁਹਾਡਾ ਆਪਣਾ ਆਪਣਾ ਬੈਲੈਂਸ ਹੋਣਾ, ਆਪਣਾ ਪੈਰਾਂ ਤੇ ਖੜਾ ਹੋਣਾ ਬਹੁਤ ਜ਼ਰੂਰੀ, ਯਾਨੀ ਕਿ ਤੁਹਾਡਾ ਆਪਣਾ ਜਿਹੜੀ ਆਪਾਂ ਜਿਹਨੂੰ ਕਹਿੰਦੇ ਫਾਈਨੈਂਸ਼ੀਅਲ ਸਟੇਟਮੈਂਟ ਆ ਜਿਹੜੀ ਤੁਹਾਡੀ ਚੰਗੀ ਹੋਣੀ ਚਾਹੀਦੀ, ਹਾਂਜੀ ਬਿਲਕੁਲ ਚੰਗੀ ਹੋਣੀ ਚਾਹੀਦੀ ਹੈ, ਠੀਕ ਆ ਜੀ, ਹਾਂਜੀ। ਦੂਸਰੀ ਇਹਦੇ ਵਿੱਚ ਕਬੂਤਰਬਾਜ਼ੀ ਦੇ ਵਿੱਚ ਹਰ ਟਾਈਮ ਇਹਦੇ ਵਿੱਚ ਤੁਹਾਡੇ ਤੇ ਵਕਤ ਅੱਛਾ ਹੋਣਾ ਬਹੁਤ ਜ਼ਰੂਰੀ, ਠੀਕ ਕਬੂਤਰ ਅੱਛੇ ਹੋਣੇ ਜ਼ਰੂਰੀ ਨਹੀਂ, ਵਕਤ ਹੋਣਾ ਜ਼ਰੂਰੀ ਬਹੁਤ ਆ ਜਿਹਦੇ ਵਿੱਚ ਤੁਹਾਡਾ ਟੋਨਾ ਚੰਗਾ ਲੱਗੇ, ਹਾਂਜੀ। ਦੇਖੋ ਜੀ ਤੁਸੀਂ ਮੇਰੇ ਕਬੂਤਰ ਲੱਖਾਂ ਦੇ ਮੈਂ ਮੁੱਲ ਲਏ ਆ, ਇੰਨੇ ਬਦਾਮ ਪਏ ਆ, ਮੈਂ ਸਾਰੀ ਰਾਤ ਦਿਨ ਮੈਂ ਇਹਨਾਂ ਦੇ ਦੁਆਲੇ ਆ, ਮੇਰੇ ਤਾਂ ਟਾਈਮ ਨਹੀਂ ਚੰਗਾ, ਮੈਂ ਬਾਜ਼ੀ ਦੇ ਦਿੰਦੀ ਕੋਈ ਟੋਨਾ ਉਹਦਾ ਲੱਗਦਾ ਜਦੋਂ ਤੁਹਾਡਾ ਟਾਈਮ ਚੰਗਾ, ਠੀਕ ਆ। ਬੜੀਆਂ ਇਸ ਤਰ੍ਹਾਂ ਦੀਆਂ ਬਾਜ਼ੀਆਂ ਦੇਖੀਆਂ ਤੇ ਇਸ ਵਜ੍ਹਾ ਤੋਂ ਨਾ ਟਾਈਮ ਦਾ ਅੱਛਾ ਹੋਣਾ ਬਹੁਤ ਜ਼ਰੂਰੀ ਹੈ, ਹਾਂਜੀ ਸ਼ਿਕਾਰੀ ਜਿਹੜੇ ਆਪਣੇ ਦੋਸਤ ਭਰਾ ਨੇ ਸਾਰੇ, ਹਾਂਜੀ। ਬਾਕੀ ਜੇ ਤੁਸੀਂ ਕਹੋ ਨੁਕਸੇਬਾਜ਼ੀ ਜੇ ਉਹ ਸਾਰੀ ਦੁਨੀਆ ਲਈ ਪੈਂਦੀ ਨੁਕਸੇ, ਕਿੰਨੇ ਇੰਟਰਵਿਊ ਅੱਜ ਤੱਕ ਕਰ ਛੱਡਿਆ ਆਪਣੀ ਮਾਂ ਮੇਰੇ ਨਾਲ, 70-80 ਦਾ ਕਰ ਛੱਡਿਆ ਹੋਣਾ ਜੀ, ਮੈਂ ਯਕੀਨ ਮੰਨੋ ਵੀ 70-80 ਤੁਹਾਨੂੰ ਹਰ ਬੰਦੇ ਨੇ ਕੋਈ ਨਾ ਕੋਈ ਟੋਟਕਾ ਦੱਸਿਆ, ਹਾਂਜੀ ਹਰ ਬੰਦੇ ਦੀ ਲਹਿਦੀ ਕਹਾਣੀ ਹੈ, ਹਰ ਬੰਦੇ ਦੀ ਲਹਿਦੀ ਕਹਾਣੀ ਹੈ ਬਾਈ। ਮੈਂ ਪਰ ਮੇਰਾ ਫੋਕਸ ਇੱਕੋ ਹੀ ਗੱਲ ਤੇ ਆ, ਕਬੂਤਰਾਂ ਦਾ ਫਿਟਨੈਸ ਲੈਵਲ ਤੇ ਦੀ ਬੇਸ ਸਮਝਣਾ, ਸ਼ਿਕਾਰ ਜੇ ਆਖਰੀ ਸਟੇਜ ਗੋਲੀ ਆ ਉਹ ਕੋਈ ਫਾਰਮੂਲਾ ਨਹੀਂਗਾ, ਉਹ ਤੁਸੀਂ ਡਾਕਟਰ ਨੂੰ ਜਾ ਕੇ ਦੱਸੋ ਕੋਈ ਹਾਈ ਪੋਟੈਂਸੀ ਜੀ ਦੀ ਗੋਲੀ ਤੇ ਦੋ ਮਿਹਦੇ ਵਾਲੇ ਕੋਈ ਚੰਗੇ ਕੈਪਸੂਲ ਤੇ ਜੋ ਪਾਵਰ ਵਾਲੇ ਦੇ ਦੇ, ਕਬੂਤਰ ਨੂੰ ਡੈਸਪ੍ਰੀਨ ਦੇ ਕੇ ਵੀ ਛੱਡ ਦੋ, ਕਬੂਤਰ ਜਿੱਤਣ ਵਾਲੇ ਬੰਦੇ ਚਲਾ ਜਾਓ, ਯਾਨੀ ਕਿ ਕਬੂਤਰ ਦਾ ਫਿੱਟ ਹੋਣਾ, ਉਹਦੀ ਬੇਸ ਬਣੀ ਹੋਣੀ ਬਹੁਤ ਜ਼ਰੂਰੀ, ਤੁਹਾਡੇ ਕਹਿਣ ਦਾ ਮਕਸਦ ਇਹ ਹੈ ਕਿ ਕਬੂਤਰ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ, ਤੰਦਰੁਸਤ ਅਸਲ ਕਬੂਤਰਬਾਜ਼ੀ ਹੈ ਭਾਜੀ, ਅਸੀਂ ਤਾਂ ਇਦਾਂ ਹੀ ਕੀਤੀ, ਅਸੀਂ ਤਾਂ ਕੋਈ ਇਹਦੀ ਨੁਕਸੇ ਪਾਈ, ਅਸਲ ਹੈ ਹੀ ਇਹ ਕਬੂਤਰਬਾਜ਼ੀ ਹੈ, ਬੰਦਿਆਂ ਨੂੰ ਬੰਦਿਆਂ ਨੇ ਗੁੰਮਰਾਹ ਜ਼ਿਆਦਾ ਕੀਤਾ, ਸਾਨੂੰ ਜ਼ਰੂਰਤ ਪੈਂਦੀ ਭਰਾ ਤੇ ਸਾਡਾ ਭਰਾ ਬੈਠਾ, ਹਾਂਜੀ ਇਹ ਬਾਹਰ ਭਰਾ ਸਾਡਾ ਵਾ ਜਿਹਨੇ ਕਦੀ ਕਿਹਾ ਕਿ ਝੂਠ ਬੋਲਿਆ ਨਹੀਂ, ਹਾਂਜੀ ਬਿਲਕੁਲ ਹਰ ਇੱਕ ਨੂੰ ਗੱਲ ਸਹੀ ਦੱਸਣੀ ਹੈ। ਚੀਦੂ ਦਾ ਵੀ ਅਸੀਂ ਵਿੱਚ ਨਾ ਇੰਟਰਵਿਊ ਕਰਾਂਗੇ ਜੀ, ਮੈਂ ਤੁਹਾਨੂੰ ਦੱਸ ਦਵਾਂ ਵੀ ਇਹ ਚੀਦੂ ਜਿਹੜਾ ਹੁੰਦਾ ਸੌਦੀ ਅਰਬ ਘਰ ਕਬੂਤਰ ਰੱਖੇ ਹੋਏ 15-16 ਸਾਲ ਹੋ ਗਏ ਬਾਹਰ ਹੀ, ਲੇਕਿਨ ਐਡੀ ਅੱਛੀ ਮਾਸ਼ਾ ਕਬੂਤਰਬਾਜ਼ੀ ਕਰਦਾ, ਇਹਦੇ ਨਾਲ ਆਪਾਂ ਭਾਈ ਜ਼ਾਦੀ ਤੋਂ ਬਾਅਦ ਤੁਹਾਡਾ ਗੱਲਬਾਤ ਕਰਾਂਗੇ, ਗੱਲਾਂ ਪੁੱਛਾਂਗੇ ਇਹਨਾਂ ਕੋਲੋਂ। ਕੋਈ ਹੋਰ ਮੈਸੇਜ ਦੇਣਾ ਚਾਹੁੰਦੇ ਹੋਏ ਕੋਈ ਟੋਟਕਾ ਜਾਂ ਨੁਸਖਾ ਭਾਜੀ, ਤੁਸੀਂ ਪੁੱਛੋ ਉਡਾਈ ਦੇ ਬਾਰੇ ਨੁਸਖਾ ਕੋਈ ਦੱਸੋ। ਉਡਾਈ ਦੇ ਭਾਜੀ ਅਸੀਂ ਉਡਾਈ ਇਦਾਂ ਦੀਆਂ ਉਡਾਈਆਂ ਕਬੂਤਰੀਆਂ ਭਾਈ ਸੁਨਹਿਰ ਵਰੀ ਆ ਇਹਨਾਂ ਦੇ ਬਜ਼ੁਰਗ ਅੱਲਾਹ ਤਾਲਾ ਨੂੰ ਜੰਨਤ ਦੀ ਜਗ੍ਹਾ ਤੇ, ਰਾਣਾ ਅਫਜ਼ਲ ਸਾਹਿਬ, ਹਾਂਜੀ ਇਹ ਬੜੇ ਅੱਛੇ ਖਿਡਾਰੀਆਂ ਦੇ ਬੱਚੇ ਨੇ ਜਿਹੜੇ, ਹਾਂਜੀ ਸਾਡਾ ਤੇ ਵੱਡੇ ਜੀ ਸ਼ੌਕ ਨਹੀਂ ਕਿਸੇ ਨੇ ਕੀਤਾ, ਅਸਲ ਖਾਨਦਾਨੀ ਸ਼ਿਕਾਰੀ ਹੋ ਜਿਨ੍ਹਾਂ ਦੀ ਇੱਕ ਨਸਲ ਪੀੜ੍ਹੀ ਪਿਛਲੀ ਲੰਘ ਕੇ ਅੱਗੇ ਆ ਗਈ ਹੋਵੇ ਉਹ ਸ਼ਿਕਾਰੀ ਹੁੰਦੇ, ਹਾਂਜੀ ਬਿਲਕੁਲ ਸਹੀ ਗੱਲ ਆ। ਹੁਣ ਸਾਰੇ ਇਲਾਕੇ 'ਚ ਸਾਡੇ ਸ਼ਿਕਾਰੀ ਇੱਦਾਂ ਦੇ, ਜੇ ਅਗਰ ਉਹਨਾਂ ਨੂੰ ਅਸੀਂ ਜਿੱਤਦੇ ਹਾਂ ਸਾਡੇ ਕਬੂਤਰਾਂ ਦੇ ਟਾਈਮ ਰਿਕਾਰਡ ਜਿਹੜੇ ਕੱਢਣੇ ਕਿਤੇ ਤੁਹਾਨੂੰ ਫਿਰ ਇੰਟਰਵਿਊ ਕਰ ਲਿਓ, ਹਾਂਜੀ ਅਸੀਂ ਤੁਹਾਨੂੰ ਆਪਣੇ ਕੋਲ ਰਿਕਾਰਡ ਦੱਸਾਂਗੇ, ਸਾਨੂੰ ਕੋਈ ਦੱਸਿਆ ਸੀ ਵੀ ਸਾਡੇ ਰਿਕਾਰਡ ਤੋੜੇ ਕਿੰਨੇ ਪਾਕਿਸਤਾਨ 'ਚ, ਇੱਕ ਗੱਲ, ਹਾਂਜੀ ਸਾਡੇ ਰਿਕਾਰਡ ਜਿਹੜੇ ਵਧੇ ਕਿ ਕੋਈ ਗੱਲ ਗਲਤ ਬਿਆਨ ਕੋਈ ਗਲਤ ਬਿਆਨ ਨਹੀਂ ਕਰੇ, ਸਾਨੂੰ ਕੋਈ ਝੂਠਾ ਗੱਲ 'ਚ ਕਰੇ ਭਾਈ ਸਾਨੂੰ ਬਿਲਾ ਵੀ ਪਾ ਦਿਓ ਅਸੀਂ ਭਰਾਂਗੇ, ਠੀਕ ਆ ਹਾਂਜੀ ਜਿਹੜੇ ਰਿਕਾਰਡ, ਕਿਉਂਕਿ ਅਸੀਂ ਰਿਕਾਰਡ ਆਪਣੇ ਆਪ ਹੀ ਤੋੜੇ ਆ, ਬਹੁਤ ਰਿਕਾਰਡ ਬੰਨੇ ਆ ਅਸੀਂ, ਇਹ ਤਾਂ ਕਦੀ ਇਹ ਕੰਪੈਰੀਜ਼ਨ ਤਾਂ ਅਸੀਂ ਕਰ ਹੀ ਨਹੀਂ ਸਕਦੇ ਵੀ
ਅਸੀਂ ਇਹਨੂੰ ਇੰਝ ਤੁੰਨਿਆ, ਇਹ ਨਹੀਂ। ਉਸਤਾਦਾਂ ਦੀ ਇੱਜ਼ਤ ਇਹਤਰਾਮ ਬਹੁਤ ਜ਼ਰੂਰੀ, ਜਿਹਨਾਂ ਨਾਲ ਉਸਤਾਦ ਲੱਗ ਗਿਆ ਸਾਡਾ ਸਾਡੀ ਇੱਜ਼ਤ ਦੀ ਜਗ੍ਹਾ, ਉਹਦੀ ਇੱਜ਼ਤ ਕਰਨੀ ਪੈਂਦੀ ਹੈ ਕਿਉਂਕਿ ਉਸਤਾਦ ਦਾ ਲਕਬ ਹੀ ਐਸਾ, ਉਹਦੀ ਇੱਜ਼ਤ ਇਹਤਰਾਮ ਕਰਨਾ ਪੈਂਦਾ। ਤੇ ਪਰ ਅਸਲੀ ਉਸਤਾਦਾਂ ਦੀ, ਜਾਲੀ ਉਸਤਾਦਾਂ ਦੀ ਨਹੀਂ, ਜਾਲੀ ਬੰਦਿਆਂ ਦੀ। ਤੁਹਾਡੀ ਯਾਦਗਾਰ ਕਬੂਤਰਬਾਜ਼ੀ ਜਿਹੜੀ, ਉਹ ਕਿਹੜੇ ਪਿੰਡ 'ਚ ਹੋਈ ਹੈ, ਕਿੰਨਾ ਮੁੱਢ ਸੀ, ਕਿੰਨੀਆਂ ਉੱਥੇ ਦੜੇ ਉੱਡੇ ਹੈ, ਕੋਈ ਤੁਹਾਡੀ ਫੇਵਰਟ ਬਾਜ਼ੀ ਹੋਵੇ ਜਿਹੜੀ? ਯਕੀਨ ਮੰਨੋ ਯਾਦਗਾਰੀਆਂ ਬਾਜ਼ੀਆਂ ਜਿਹੜੀਆਂ ਨਾ ਸਾਡੀਆਂ ਬਹੁਤ ਜ਼ਿਆਦਾ ਵਾ। ਹਾਂਜੀ, ਅਸੀਂ ਅੱਜ ਤੱਕ ਪਾਕਿਸਤਾਨ ਦੇ ਜਿਹੜੇ ਵੀ ਮੈਦਾਨ 'ਚ ਗਏ ਹਾਂ, ਜਿੱਥੇ ਵੀ ਮੈਂ ਗਿਆ ਮੈਂ ਆਪਣਾ ਹਿੱਸਾ ਲੈ ਗਿਆ। ਹਾਂਜੀ, ਜਿੱਥੇ ਵੀ ਗਿਆ। ਜ਼ਿਆਦਾ ਮਜ਼ਾ ਤੁਹਾਨੂੰ ਕਿਹੜੀ ਜਗ੍ਹਾ ਆਇਆ ਜਾ ਕੇ ਵੀ ਉੱਥੇ ਬਾਜ਼ੀ ਖੇਡੀ? ਜਿਹੜੀ ਗਰਾਊਂਡ ਰਿਐਲਿਟੀ ਜਿਹੜੀ ਪਾਕਿਸਤਾਨ ਦੇ ਵਿੱਚ ਸ਼ਿਕਾਰ ਦੀ ਜਿਹੜੀ ਮੈਦਾਨ ਮਿਲਿਆ ਸੀ। ਹਾਂਜੀ, ਦੇਖੋ ਜੀ, ਮੈਦਾਨ ਖੇਲਣਾ ਤੇ ਮੈਦਾਨ ਲਾਉਣ 'ਚ ਜ਼ਮੀਨ ਅਸਮਾਨ ਦਾ ਫਰਕ ਆ। ਹਾਂਜੀ, ਖੇਲਣ ਨੂੰ ਤੇ ਹਜ਼ਾਰਾਂ ਲੱਭਦੇ ਤੇ ਲਾਉਣ ਵਾਲਾ ਕੋਈ ਬੰਦਾ ਲੱਭਦਾ। ਸਹੀ ਗੱਲ, ਉਹ ਕ੍ਰੈਡਿਟ ਸਾਰਾ ਜਵੇਰ ਡੋਗਰ ਨੂੰ ਜਾਂਦਾ, 41 ਵਾਲੇ ਨੂੰ। ਮੇਰਾ ਬਹੁਤ ਅੱਛਾ ਦੋਸਤ ਭਾਈ ਆ ਮੇਰਾ ਜੀ। ਹਾਂਜੀ, ਉਹਨਾਂ ਦਿਲੋਂ ਜਾਨ ਆਪਣੇ ਪਿਆਰ ਆ ਜੀ। ਹਾਂਜੀ, ਇੱਕ ਮਾੜਾ ਟਾਈਮ ਆਇਆ ਸਾਡੇ 'ਚ ਜਦੋਂ ਕਬੂਤਰ ਸਾਡੇ 2023 ਦੇ ਵਿੱਚ ਕਬੂਤਰ ਨਹੀਂ ਸਾਡੇ ਰਹੇ। ਹਾਂਜੀ, ਉਹ ਵਕਤ ਥੋੜ੍ਹਾ ਜਿਹਾ ਸਾਜ਼ਗਾਰ ਨਹੀਂ ਸਾਡਾ ਲੰਘਿਆ। ਅੱਛਾ, ਹਾਂਜੀ, 41 ਦੀ ਗਰਾਊਂਡ 'ਚ ਮੈਨੂੰ ਬਹੁਤ ਮਜ਼ਾ ਆਇਆ। ਪਹਿਲੇ ਸਾਲ ਮੈਂ ਗਿਆ ਸੀ, ਮੈਨੂੰ ਕੋਈ ਨਹੀਂ ਸੀ ਜਾਣਦਾ। ਹਾਂਜੀ, ਮੈਨੂੰ ਉੱਥੇ ਲੋਕਾਂ ਨੇ 2022 'ਚ ਐਪਰੀਸ਼ੀਏਟ ਕੀਤਾ, ਸ਼ਿਕਾਰੀਆਂ ਬੜੇ ਬੜਿਆਂ ਨੇ। ਹਾਂਜੀ, ਮੈਨੂੰ ਸ਼ਾਬਾਸ਼ ਦਿੱਤੀ। ਮੈਂ ਬੜੀ ਵੱਡੀ ਫਖਰ ਸਮਝਦਾ ਵੀ ਮੈਨੂੰ ਉਸ ਮੈਦਾਨ ਦੇ ਵਿੱਚੋਂ ਸ਼ਾਬਾਸ਼ ਮਿਲੀ ਆ। ਹਾਂਜੀ, ਤੇ ਭਾਈ ਜਵੇਦ ਦੇ ਅਗਲੇ ਸਾਲ ਅਸੀਂ ਗਏ ਆ, ਸਾਡੇ ਕੋਲ ਕਬੂਤਰ ਨਹੀਂ ਚੰਗੇ ਉੱਡੇ, ਅਸੀਂ ਤਸਲੀਮ ਕਰਦੇ ਹਾਂ ਕੋਈ ਵਜ੍ਹਾ ਬਣੀ ਆ, ਮੌਸਮ ਤੇ ਲਚਕ ਸੀ। ਜਿਹੜੀ ਹਾਰ ਆ ਨਾਲੇ ਉਹਨੂੰ ਮੰਨ ਲੈਣਾ ਜੀ, ਉਹ ਬੜੀ ਵੱਡੀ ਗੱਲ ਹੈ। ਅਸੀਂ ਹਾਰ ਨੂੰ ਆਪਣੀ ਜ਼ਿੰਦਗੀ 'ਚ, ਇੱਥੇ ਅਸੀਂ ਹਾਰ ਇੱਕ ਵਾਹ ਸ਼ਾਇ ਆ। ਮੈਂ ਬਜ਼ਾਤੇ ਖੁਦ ਸਾਰੀ ਜ਼ਿੰਦਗੀ ਸਪੋਰਟਸਮੈਨ ਰਿਹਾ ਵਾਂ, ਮੇਰੀ ਹਰ ਗਰਾਊਂਡ ਰਿਐਲਿਟੀ ਮੇਰੇ ਇਲਾਕੇ ਦੀ ਵਾਂ, ਮੇਰੇ ਪਿੰਡ ਦੀ ਵਾਂ। ਹਾਂਜੀ, ਕਦੀ ਉਹਨਾਂ ਨੂੰ ਤੁਸੀਂ ਪੁੱਛਿਆ ਆਪਣੇ ਮੂੰਹ ਮੀਆਂ ਮਿੱਠੂ ਬਣਨਾ ਕੋ, ਮੈਂ ਅੱਛਾ ਨਹੀਂ ਸਮਝਦਾ। ਹਾਂਜੀ, ਮੈਦਾਨ ਦੀ ਉਹ ਗੱਲ ਨੂੰ ਜਿਹੜਾ ਕੋਈ ਸੁਣਾਵੇ ਤੁਹਾਨੂੰ। ਬਿਲਕੁਲ ਸਹੀ ਗੱਲ ਆ। ਤੇ ਮੈਂ ਆਪਣੀ ਹਮੇਸ਼ਾ ਮੈਦਾਨ ਰਿਐਲਿਟੀ ਹਮੇਸ਼ਾ ਆਪਣੇ ਆਪ ਨੂੰ ਇੰਪਰੂਵ ਕੀਤਾ ਵੀ ਮੈਂ ਨੰਬਰ 1 ਰਹਿਣਾ ਵਾ ਔਰ ਸੁੱਚਾ ਔਰ ਸੱਚਾ ਰਹਿਣਾ। ਹਾਂਜੀ, ਯਾਨੀ ਕਿ ਆਪਣੀ ਗਲਤੀ ਤੋਂ ਸਿੱਖਿਆ। ਤੇ ਜਿਹੜੀ ਹਾਰ ਆ ਨਾ, ਤੇ ਜ਼ਿੰਦਗੀ 'ਚ ਸਬਕ ਕਿਸੇ ਉਸਤਾਦ ਕੋਲ ਜਾਣ ਦੀ ਲੋੜ ਨਹੀਂ। ਜਦੋਂ ਤੁਸੀਂ ਹਾਰਨ ਲੱਗ ਪਏ ਨਾ, ਤੁਸੀਂ ਮਿਹਨਤ ਹੀ ਇੰਨੀ ਕਰਨੀ, ਤੁਸੀਂ ਜਿੱਤਣ ਵਾਲੇ ਬੰਨੇ ਪਰ ਪੈਣਾ। ਜਿਹੜੇ ਕਬੂਤਰ ਦੀ ਪਹਿਚਾਣ ਆ, ਹਾਂਜੀ, ਉਹ ਦੇਖ ਕੇ ਹੋ ਜਾਂਦੀ ਹੈ ਵੀ ਆਹ ਕਬੂਤਰ ਮੈਂ ਦੇਖਾਂਗਾ। ਮੈਂ ਮੇਰਾ ਜੀ ਆ ਸ਼ਗਿਰਦ ਬੈਠਾ ਸ਼ਬਾਦ। ਹਾਂਜੀ, ਅਸੀਂ ਚੰਦ ਦਿਨ ਹੋ ਗਏ ਇੱਕ ਦਿਨ ਪੁੱਛੇ ਨਹੀਂ ਗਏ ਆ। ਅੱਛਾ, ਮੈਂ ਆਪਣੀ ਜ਼ਿੰਦਗੀ 'ਚ ਜਿੱਤੇ ਕਬੂਤਰ ਤਾਂ ਨਹੀਂ ਕਿਹਾ ਅੱਜ ਤੱਕ ਕਿਸੇ ਨੂੰ, ਮੈਂ ਨਹੀਂ ਆਪਣੀ ਲਾਈਫ 'ਚ ਜਿੱਤਿਆ ਕਬੂਤਰ ਮੈਨੂੰ ਦੇ ਦੇਣਾ ਘਰ ਖਾਣਾ। ਅੱਛਾ, ਆਪਣੀ ਜ਼ਿੰਦਗੀ 'ਚ ਆਪਣੇ ਹੱਥ ਨਾਲ ਕਬੂਤਰ ਫੜ ਕੇ ਚੈੱਕ ਕੀਤਾ ਵਾ, ਤੇ ਕਈ ਬੰਦੇ ਮੈਨੂੰ ਜਾਣਦੇ ਵੀ ਆ ਮੇਰੇ ਇਸ ਮਿਆਰ ਨੂੰ। ਹਾਂਜੀ, ਅਸੀਂ ਉਸ ਮਿਆਰ ਨਾਲ ਕਬੂਤਰ ਡਾਇਆ, ਅਲਹਮਦੁਲਿਲਾ ਉਸ ਮਿਆਰ ਨਾਲ ਅੱਜ ਤੱਕ ਸਾਡਾ ਪਹਿਚਾਣ ਹੈ ਕਬੂਤਰ। ਹੁਣ ਗੰਗਾਪੁਰ ਸਾਡੇ ਇਲਾਕੇ 'ਚ ਸਭ ਤੋਂ ਬੜਾ ਪੁਆਇੰਟ ਉੱਡਦਾ ਸੀ। ਹਾਂਜੀ, ਹੁਣ ਮੈਂ 20 ਬਾਜ਼ੀਆਂ ਛੱਡੀਆਂ, ਹੁਣ ਜਿੱਥੇ 5 ਉੱਡੇ ਆ, 7 ਉੱਡੇ ਆ, ਮੈਨੂੰ ਉਹਨਾਂ ਦਾ ਫਾਇਦਾ ਕੀ ਹੈ? ਜਿੱਥੇ 50 ਕਬੂਤਰ ਉੱਡਦੇ ਅਸੀਂ ਸਾਰਾ ਕੁਝ ਜਿਹਨਾਂ ਕੀਤਾ ਜੀ, ਮੋਟਰਸਾਈਕਲ ਵੀ ਚੱਲਦੀ, ਪੈਣ ਵੀ ਚੱਲਦੇ, ਕਬੂਤਰਾਂ ਟਾਈਮ ਨਾਲ ਲਿਮਿਟਡ ਕੀਤਾ। ਹਾਂਜੀ, ਸਾਡੀ ਸੋਚ ਤੋਂ ਬਹੁਤ ਉੱਡੇ, ਸਾਰੇ ਪਾਕਿਸਤਾਨ ਨੂੰ ਪਤਾ 50 ਕਬੂਤਰ ਉੱਥੋਂ ਮੈਦਾਨ ਤੇ ਉਹਨਾਂ ਜਿਹੜਾ ਬੰਦਾ ਕਬੂਤਰ ਜਿੱਤੇ ਜਿੱਤੇ। ਬਿਲਕੁਲ ਸਹੀ, ਹੁਣ ਮੈਂ 3 ਛੱਡੇ, ਹੁਣ ਮੇਰੇ ਇਲਾਕੇ 'ਚ ਇੱਕ ਮੈਨੂੰ ਚੈਲੰਜ ਬੜਾ ਰਿਹਾ, ਬੰਦੇ ਮੈਨੂੰ ਆਉਂਦੇ ਹੁੰਦੇ ਸੀ ਪਹਿਲੇ ਵਕਤ 'ਚ, ਅੱਜ ਤੂੰ 2009 ਤੋਂ ਲੈ ਕੇ 13-14 ਤੱਕ। ਹਾਂਜੀ, ਉਹ ਜਦ ਹੀ ਕਬੂਤਰ 20 ਛੱਡਦਾ ਵਾ, ਜਿੱਤ ਵੀ ਜਾਂਦਾ ਤੇ ਕਿਹੜਾ ਭਾਰ ਆ। ਅੱਛਾ ਜੀ, ਹੁਣ ਉਹ ਹੋਮ ਡਿਲੀਵਰੀ ਸਾਰੀ ਉਹ ਕਰਦੇ, ਉਹ 40 ਕਬੂਤਰ ਉਹ ਛੱਡਦੇ, ਜਿਆਦਾ ਹੀ ਹੁਣ 1 ਹੀ ਛੱਡਦਾ, 2 ਹੀ ਛੱਡਦਾ, 3 ਛੱਡਦਾ, ਬਸ ਜਿਹੜੇ ਆਪਣੇ ਖਾਸ ਮੇਰੇ ਬੰਦਿਆਂ ਨੇ। ਹਾਂਜੀ, ਤੇ ਸਾਡੇ ਇੱਕ ਜਿੱਤਣਾ ਤੇ ਉਹਨਾਂ ਦੇ 20 ਜਿੱਤਣ ਤੇ ਜ਼ਮੀਨ ਅਸਮਾਨ ਦਾ ਫਰਕ ਆ ਜਾਂਦਾ। ਸਹੀ, ਦੇਖੋ ਨਾ ਜੀ, ਹੁਣ ਉਹੀ ਬੰਦੇ ਹੋਮ ਡਿਲੀਵਰੀ ਕਰਦੇ, ਲੋਕਾਂ ਦੇ ਲੈ ਕੇ ਵੀ ਆਉਂਦੇ ਕਬੂਤਰ ਘਰ ਜਾ ਕੇ ਵੀ ਮੁੱਠਾ ਲਾਉਂਦੇ, ਜਿਹੜੇ ਸਾਨੂੰ ਗੱਲ ਸੁਣਾਉਂਦੇ ਹੁੰਦੇ। ਅੱਛਾ ਜੀ, ਅਸੀਂ ਤੇ ਹਰ ਗੱਲ ਵਿਆਹ ਹੀ ਲੋਕਾਂ ਦੀ, ਸਾਨੂੰ ਕੋਈ ਜ਼ਿੰਦਗੀ 'ਚ ਢਾਵੇ ਤੇ ਅਸੀਂ ਕਿਸੇ ਗੱਲ ਨਾ ਢਾਵੇ। ਜਿਹੜੇ ਹਾਰੇ ਆ ਭਾਈ, ਅਸੀਂ ਤਸਲੀਮ ਕਰਦੇ ਹਾਂ, ਜਿੱਥੇ ਹਾਰੇ ਖੋਤੇ ਵੀ ਲਏ, ਹਾਰੇ ਪਹਿਲੇ ਨੰਬਰਾਂ 'ਚ ਬੈਠੇ ਹਾਂ। ਹਾਂਜੀ, ਪਰ ਗੱਲ ਨਹੀਂ, ਸਾਡੀ ਗਰਾਊਂਡ ਰਿਐਲਿਟੀ, ਅਸੀਂ ਇਹ ਜ਼ਿੰਦਗੀ 'ਚ ਨਹੀਂ ਕਿਹਾ ਸੀ ਅੱਜ ਜਿੱਤੇ ਤੇ ਅਸੀਂ ਇੰਨੇ ਜਿੱਤੇ। ਅੱਜ ਤੱਕ ਕੋਈ ਬੰਦਾ ਪਾਕਿਸਤਾਨ ਸਾਬਤ ਕਰਦੇ ਕਿ ਵੀਡੀਓ ਦੇ ਚ ਮੈਂ ਅਰ ਵੀ ਇੰਨੇ ਦੜੇ ਜਿੱਤਾ ਸੀ, ਇੱਕ ਵੀਡੀਓ ਨਹੀਂ ਚਾੜੀ। ਹਾਂਜੀ, ਇੰਨੇ ਦੜੇ 'ਚ ਇੱਕ 10 ਚੱਕ, ਮੇਰਾ ਮੁੰਡਾ ਦੋਸਤ ਹੈ 10 ਚੱਕ, ਸਾਡੇ ਲਾਗੇ ਪਿੰਡ ਆ ਕਾਸ਼ਾ। ਹਾਂਜੀ, ਆਰਾਸ਼ ਬਾਦ ਬੈਠਾ ਬਰਾਲੇ ਤੋਂ। ਹਾਂਜੀ, ਇਹਦੇ ਪਿੰਡ ਸਾਰੇ ਇਲਾਕੇ ਦੇ ਸਾਡੇ ਉਸਤਾਦ ਕਬੂਤਰ ਅੱਛੇ ਤੋਂ ਅੱਛੇ, ਮੀਆਂ ਸ਼ੌਕਤ, ਇਕਬਾਲ ਖਾਨ ਨਿਆਜ਼ੀ, ਉਸਤਾਦ ਸ਼ੇਰ ਮੁਹੰਮਦ, ਸਾਰੇ ਸ਼ਿਕਾਰੀ ਸ਼ਬਾਸ ਤਕਰੀਬਨ ਉੱਥੇ ਡਾਉਂਦੇ ਆ। ਹਾਂਜੀ, 7 ਦੜੇ ਉੱਡੇ, 5 ਅਸੀਂ ਇਕੱਲੇ ਜਿੱਤੇ ਆ, ਜੋੜ ਤੋੜ ਹੀ ਹੋਇਆ ਕਬੂਤਰਾਂ ਦਾ। ਹਾਂਜੀ, ਕੱਚ 10 ਚੱਕ ਦੇ ਵਿੱਚ ਸਾਰੇ ਸ਼ਿਕਾਰੀ ਅੱਛੇ ਡਾਉਂਦੇ ਆ ਕਬੂਤਰ। ਉੱਥੇ ਸਾਡੀ ਇੱਕ ਕਬੂਤਰੀ ਉੱਡਦੀ ਸੀ ਐਸੇ ਸੀਜ਼ਨ 'ਚ, 2024 ਦੇ ਵਿੱਚ, ਉਹ ਕਬੂਤਰੀ ਨੇ 3 ਪੁਆਇੰਟ 3 ਦੜੇ ਜਿੱਤੇ ਆ,
ਤਿੰਨੇ ਸ਼ਾਮ ਨੂੰ 3 ਵਜੇ ਜਿੱਤਲੇ, 4 ਵਜੇ ਸ਼ਾਮ 7 ਉਹੀ ਕਰਦੀ ਸੀ, 6:30-7 ਮਤਲਬ ਜਿੰਨੀ ਮਰਜ਼ੀ ਲੋੜ ਚੱਲੀ। ਠੀਕ ਹੈ, ਮੋੜ 'ਚ ਵੀ ਪਏ ਕਬੂਤਰ ਸਾਡੇ ਲੋੜ ਵਿੱਚ। ਗੰਗਾਪੁਰ 'ਚ ਬੱਚੇ ਜਿੱਤਦੇ ਸੀ, ਗੰਗਾਪੁਰ ਸਾਰੇ ਮੇਰੇ ਭਰਾ ਨੇ, ਦੋਸਤ ਨੇ ਗੰਗਾਪੁਰ ਦੇ ਸ਼ਿਕਾਰੀ। ਹਾਂਜੀ, ਗੰਗਾਪੁਰ 'ਚ ਜਾਗ ਮੀ ਆਮਰ ਜਿਹੜਾ ਮੇਰਾ ਸ਼ਹੀਦਿਆ ਜੀ ਮਾਣੇ ਦਾ ਭਰਾ। ਹਾਂਜੀ, ਅਤੇ ਗੰਗਾਪੁਰ 'ਚ ਅੱਜ ਤੋਂ ਨਹੀਂ, ਅਸੀਂ ਅਦਲਾਂ ਤੋਂ ਸ਼ੌਕ ਕਰਦੇ ਹਾਂ, ਅੱਲਾ ਪਾ ਦਾ ਲੱਖ ਸ਼ੁਕਰ ਹੈ, ਅਸੀਂ ਹਮੇਸ਼ਾ ਉੱਥੇ ਚੈਂਪੀਅਨ ਰਹੇ ਹਾਂ। ਜਦੋਂ ਦਾ ਮੈਂ ਆਪਣੀ ਲਾਈਫ 'ਚ ਗੰਗਾਪੁਰ 'ਚ ਗਿਆ ਹਮੇਸ਼ਾ ਚੈਂਪੀਅਨ ਰਹੇ ਹਾਂ, ਜਿੰਨੇ ਦੜੇ ਉੱਡੇ ਪੌਦੇ ਅਸੀਂ ਆਕਸੀਜਨ ਦਿੱਤੇ ਆ। ਸ਼ਿਕਾਰੀ ਗੰਗਾਪੁਰ 'ਚ ਸ਼ਿਕਾਰ ਸ਼ੁਰੂ ਹੁੰਦਾ ਸਾਡੇ ਇਲਾਕੇ ਦਾ ਭਾਜੀ, ਇੱਦਾਂ ਹੀ ਸਹਿਣ ਸ਼ਿਕਾਰੀ ਸਾਰਾ। ਹੁਣ ਅਸੀਂ ਕਹੀਏ ਵੀ ਉਹਦਾ ਨਾਂ ਕੱਢ ਕੇ ਗੰਗਾਪੁਰ ਦਾ ਉਹਦਾ ਪਿੱਛੇ ਕਰੀਏ, ਤੇ ਉਹਦੇ ਪਰੇ ਪਿੰਡਾਂ ਦਾ ਅਸੀਂ ਉਹਦੇ ਨਾਲ ਕੰਪੈਰੀਜ਼ਨ ਨਹੀਂ ਕਰ ਸਕਦੇ। ਜਿਹੜਾ ਅੱਛਾ ਗਰਾਊਂਡ ਵਾਲਾ, ਜਿਹੜਾ ਅੱਛਾ ਗਰਾਊਂਡ ਪੈਜਾ ਦੀ, ਉਹ ਅੱਛਾ ਗਰਾਊਂਡ ਹੀ ਹੈ। ਹਾਂਜੀ, ਉੱਥੋਂ ਭਾਵੇਂ ਜਿੱਤਦਾ ਕੋਈ ਵੀ ਗੱਲ ਕੀ, ਜਿਹੜਾ ਅੱਛਾ ਗਰਾਊਂਡ ਉਹ ਮੰਨਣਾ ਚਾਹੀਦਾ। ਹੁਣ ਸਾਨੂੰ ਬੰਦੇ ਕਹੀਆਂ ਤੁਸੀਂ, ਹੁਣ ਮੈਂ ਪਿੰਡ ਬਾਦੀ ਛੱਡੀ ਆਪਣੇ ਜੀ, ਪਿੰਡੋਂ ਸੀ ਇੱਕ ਦੜਾ ਵੀ ਨਹੀਂ ਜਿੱਤੇ। ਹਾਂਜੀ, ਹੁਣ ਉਹਦੇ ਵਿੱਚ ਜੇ ਮੈਂ ਕਹੂੰ ਨਾ ਮੇਰਾ ਕਬੂਤਰ ਬਿਮਾਰ, ਕਈਆਂ ਨੇ ਕਹਿਣਾ ਵੇਖ ਲਾ ਹੁਣ ਇਹਨੇ ਗੱਲ ਨਵੇਂ ਬੰਨੇ ਲੈ ਗਿਆ, ਭਾਈ ਮੈਂ ਹਰਿਆ। ਬਿਲਕੁਲ, ਨੋ ਪ੍ਰੋਬਲਮ, ਇਹ ਬੜਾ ਵੱਡਾ ਪਾਨਾ ਜਦੀ ਭਾਈ, ਇਹ ਬੜਾ ਵੱਡਾ ਪਾਨਾ ਕਿ ਬੰਦਾ ਆਪਣੀ ਗਲਤੀ ਆਪਣੀ ਹਾਲਤ ਤਸਲੀਮ ਕਰੇ। ਵੇਖੋ ਜੀ, ਮੈਂ 20 ਸਾਲਾਂ 'ਚ ਇੱਕ ਸਾਲ ਨਹੀਂ ਵੀ ਜਿੱਤਿਆ ਦੇ ਵਿੱਚ, ਉਹ 20 ਸਾਲਾਂ ਦਾ ਮੇਰਾ ਰਿਕਾਰਡ ਜਿਹੜਾ ਜਿੱਤੇ ਆ, 100 ਸਾਲ ਬਾਅਦ ਤੇ ਰੂੜੀ ਦੀ ਵੀ ਸੁਣੀ ਜਾਂਦੀ ਭਾਜੀ। ਹੁਣ ਕਈ ਇੱਕ ਬੰਦੇ ਝੂਠ ਐਸਾ ਮਾਰਦੇ, ਮੈਂ ਫਿਰ ਮਜ਼ੇ ਵਾਲੀ ਤੁਹਾਨੂੰ ਕਹਦਾ, ਕਈ ਐਸੇ ਝੂਠੇ ਆਦਮੀ ਨੇ ਜਿਹੜੇ ਮੇਰੇ ਸਾਹਮਣੇ ਬੰਦੇ ਲਾਈਫ ਦੇ ਵਿੱਚ ਰਹੇ, ਮੇਰੇ ਕਲੋਜ਼ ਜਿਹੜੇ ਕੋਈ ਸਾਡੇ, ਮੈਂ ਹੁਣ ਤੁਹਾਨੂੰ ਦੱਸ ਦਿੱਤਾ ਇਲਾਕੇ ਦੇ ਜਾਂ ਪਿੰਡ ਦੇ ਜਾਂ, ਕਿਉਂਕਿ ਨਾ ਲੈਣਾ ਅੱਛੀ ਗੱਲ ਨਹੀਂ, ਅੱਛੀ ਕਿਹਦੀ ਪਰਸਨੈਲਿਟੀ ਡਾਊਨ ਕਰਨਾ, ਮੈਂ ਨਹੀਂ ਅੱਛੀ ਸਮਝਦਾ। ਹਾਂਜੀ, ਪਰਸਨੈਲਿਟੀ ਡਾਊਨ ਅੱਲਾ ਦੀ ਜ਼ਾਤ ਨਾਲ ਕਰੇ ਬੰਦਾ ਬੰਦੇ ਦੀ ਨਹੀਂ ਕਰ ਸਕਦਾ, ਸਿਰਫ ਗੱਲਾਂ ਹੀ ਆਪਾਂ ਕਰ ਸਕਦੇ ਹੁੰਦੇ। ਸਹੀ ਗੱਲ ਆ, ਇੱਕ ਬੰਦਿਆਂ ਦੇ ਮੈਂ ਝੂਠ ਸਵੇਰੇ ਫੜਦਾ ਵਾਂ ਵੀ ਇਹਨਾਂ ਨੇ ਝੂਠ ਬੋਲਿਆ ਯਾਰ, ਸ਼ਾਮ ਨੂੰ ਮੈਂ ਸਾਬਤ ਕਰਾ ਦਿੰਦਾ। ਹਾਂਜੀ, ਉਹ ਸਵੇਰੇ ਫਿਰ ਪਾਇਆ ਝੂਠ ਮਾਰਦੇ, ਸ਼ਾਮ ਨੂੰ ਫਿਰ ਸਾਬਤ ਕਰਾ ਦੇਣਾ। ਇਹੋ ਜਿਹੇ ਬੰਦੇ ਨਾਲ ਕੋਈ ਸ਼ਿਕਾਰ ਜਾਂ ਕੋਈ ਬਹਿਸ ਬਣਦੀ ਨਹੀਂ ਬਣਦੀ। ਹੁਣ ਸਾਹਮਣੇ ਉਹ ਟੂਕ ਲੱਗੀ, ਤੁਹਾਡੀ ਲਾਈਟ ਚੱਲ ਰਹੀ ਹੈ, ਮੈਂ ਕਹਿੰਦੇ ਆ ਟੂਕ ਆ। ਹਾਂਜੀ, ਤੁਸੀਂ ਸ਼ਿਕਾਰੀ 5-7 ਬੜੇ ਘੈਂਗ ਬਣੇ ਪਾਕਿਸਤਾਨ 'ਚ, ਤੁਹਾਡਾ ਬੜਾ ਸੂਟ ਬੂਟਡ ਆ, ਤੁਸੀਂ ਗੱਲ ਵੀ ਬੜੀ ਸੁਣ ਰਹੇ ਆ। ਹੁਣ ਤੂੰ ਮੈਨੂੰ ਕਹਿਣ ਦਿਆਂ ਇਹ ਖੋਤਾ ਵਾ, ਮੈਂ ਕਹੀ ਜਾਣਾ ਟੂਬ ਆ, ਤੁਸੀਂ ਕਹਿੰਦੇ ਖੋਤਾ ਵਾ, ਫਿਰ ਵੀ ਤੁਹਾਡੀ ਮੇਰੀ ਬਹਿਸ ਬਣਦੀ, ਮੈਂ ਚੁੱਪ ਕਰਕੇ ਚੱਲੇ ਹਾਂ, ਉਹ 7-8 ਤੁਸੀਂ ਉੱਥੇ ਬੈਠੇ ਆ। ਇੱਦਾਂ ਦੇ ਬੰਦੇ ਨਾਲ ਸ਼ਿਕਾਰ ਨਹੀਂ ਹੋਣਾ ਹੈਗਾ, ਇੱਦਾਂ ਜਿਹੜੇ ਝੂਠ 900 ਬਾਜ ਲੋਕ ਨਾ, ਇਹਨਾਂ ਨੇ ਸੱਚ ਬੋਲਣ ਵਾਲੇ ਬੰਦੇ ਚਾਹੀਦੇ ਆ। ਇਹ ਨਹੀਂ, ਅੱਛਾ ਜੋੜਾ ਲਾਉਣ ਦੇ ਬਾਰੇ ਕੋਈ ਦੇ ਹੋਰ ਬੰਦਿਆਂ ਨੂੰ ਕੋਈ ਟਿਪ? ਜੋੜਾ ਲਾਉਣ ਦੇ ਭਾਜੀ, ਜੋੜਾ ਜਿਹੜਾ ਕਬੂਤਰ ਨਾ, ਕਈ ਬੰਦਿਆਂ ਤੇ ਅੱਲਾ ਪਾਕ ਨੇ ਜੋੜਾ ਲੱਗ ਜਾਂਦਾ ਵਾ। ਹਾਂਜੀ, ਅੱਲਾ ਤਾਲਾ ਵੱਲੋਂ ਨਾ ਕੋਈ ਕਬੂਤਰ ਫੜੇ ਹੋਏ ਵੀ ਲੱਗ ਜਾਂਦੇ। ਹਾਂਜੀ, ਜੋੜਾ ਲਾਉਂਦਾ ਇਹ ਸਟਰੈਂਥ ਜਿਹੜੀ ਜਿਹੜੀ ਹੁੰਦੀ ਹੈ ਨਾ ਅਕਲ, ਹਾਂਜੀ, ਇਹ ਹਮੇਸ਼ਾ ਮਾਂ ਵੱਲੋਂ ਮਿਲਦੀ ਹੈ। ਹਾਂਜੀ, ਤੇ ਨਸਲ ਪਿਓ ਵੱਲੋਂ ਮਿਲਦੀ ਹੈ। ਠੀਕ ਹੈ, ਕਬੂਤਰ ਦਾ ਨਸਲੀ ਹੋਣਾ ਬਹੁਤ ਜ਼ਰੂਰੀ ਹੈ। ਠੀਕ ਹੈ, ਤੇ ਕਬੂਤਰੀ ਦਾ ਅਕਲਮੰਦ ਹੋਣਾ ਬਹੁਤ ਜ਼ਰੂਰੀ। ਠੀਕ ਹੈ, ਬੱਚਾ ਚੰਗਾ ਹੀ ਉੱਡੂਗਾ ਜੀ, ਇਨਸ਼ਾਅੱਲਾ। ਬਾਕੀ ਕਬੂਤਰ ਹਰ ਬੰਦੇ ਨੇ ਕਬੂਤਰ ਚੰਗੇ ਰੱਖਿਆ ਸੀ, ਤੇ ਇਹ ਕਹਿ ਨਹੀਂ ਸਕਦੇ ਸਾਡੇ ਬਹੁਤ ਚੰਗੇ, ਸਾਰੀ ਤੇ ਜੰਮੇ ਹੋਏ ਲੋਕਾਂ ਵਾਲੇ, ਜਿੰਨੇ ਲੋਕਾਂ ਨੂੰ ਕਬੂਤਰ ਹੈ। ਸਹੀ ਗੱਲ, ਚੰਗੇ ਤੋਂ ਚੰਗੇ। ਕੋਈ ਹੋਰ ਆਪਣੇ ਦੇਖਣ ਵਾਲੇ ਵੀਰਾਂ ਨੂੰ ਕੋਈ ਪੈਗਾਮ ਦੇਣਾ ਚਾਹੁੰਦੇ ਹੋ ਕਬੂਤਰ ਬਾਜੀ? ਭਾਜੀ, ਤੁਸੀਂ ਦਿਓ ਕੋਈ ਆਪਣੇ ਵੱਲੋਂ ਮੈਸੇਜ ਵੀ, ਆਹ ਜਿਹੜਾ ਕਬੂਤਰ ਬਾਜੀ ਵਿੱਚ ਆਹ ਚੀਜ਼ ਹੈ ਜਿਹੜੀ ਨਹੀਂ ਹੋਣੀ ਚਾਹੀਦੀ ਤੇ ਆਹ ਚੀਜ਼ ਹੋਣੀ ਚਾਹੀਦੀ। ਦੇਖੋ ਜੀ, ਗੋਲੀਆਂ ਸਾਰੇ ਤੁਹਾਡੇ ਇੰਟਰਵਿਊ 'ਚ, ਕੋਈ ਬੰਦਾ ਆਉਂਦਾ ਸਵੇਰ ਤੋਂ ਸ਼ਾਮ ਤੱਕ, ਮੈਂ ਤਾਂ ਨੁਕਸੇ ਸੁਣਦਾ ਲੋਕਾਂ ਦੇ। ਹਾਂਜੀ, ਆਪਣਾ ਚੈਨਲ ਵੈਸੇ ਨੁਕਸੇ ਵਾਲਾ ਹੈ ਨਹੀਂ, ਨੁਕਸੇ ਆਪਾਂ ਗੱਲਾਂ YouTube ਬੰਦਿਆਂ ਦੀ ਜਿਹੜੀ ਕਬੂਤਰ ਬਾਜੀ ਦੀ ਗੱਲ ਸੁਣ, ਤੁਹਾਨੂੰ ਹਰ ਮੈਂ ਗੱਲ ਦੱਸ ਦਿੱਤੀ, ਹੁਣ ਹਰ ਬੰਦੇ ਦਾ ਧਿਆਨ ਗੋਲੀ ਪਾਣੀ ਵਾਲੀ ਆ। ਹਾਂਜੀ, ਜਿਹੜੇ ਸ਼ਿਕਾਰੀ ਨਵੇਂ ਸ਼ਿਕਾਰੀ ਜਿੰਦੇ ਜਿਹੜੀ ਆ ਰਹੀ ਹੈ, ਜਿਹੜੀ ਕਿ ਸੋਸ਼ਲ ਮੀਡੀਆ ਜਿਨ੍ਹਾਂ ਨੇ ਦੇਖਿਆ, ਜਿਨ੍ਹਾਂ ਨੇ ਰੀਅਲ ਸਟਾਰ ਨਹੀਂ ਦੇਖਿਆ, ਰੀਅਲ ਹੀਰੋ ਨਹੀਂ ਜਿਨ੍ਹਾਂ ਨੇ ਦੇਖੇ, ਉਹ ਬੰਦਿਆਂ ਨੂੰ ਮੈਂ ਮੈਸੇਜ ਦੇਣਾ ਚਾਹੁੰਦਾ। ਹਾਂਜੀ, ਇੱਕ ਤਾਂ ਜ਼ਿੰਦਗੀ 'ਚ ਜਿਹੜੀ ਹੁੰਦੀ, ਤੁਹਾਨੂੰ ਅੱਗੇ ਮੈਂ ਗੱਲ ਦੱਸੀ, ਝੂਠ ਫੈਲਦਾ ਤੇ ਸੱਚ ਬਿਆਨ ਕਰਨਾ ਪੈਂਦਾ। ਹਾਂਜੀ, ਭਾਈ ਸੇਲ, ਅੱਗੇ ਵੀ ਤੁਸੀਂ ਸ਼ਾਇਦ ਮੇਰਾ ਇੱਕ ਵਾਰੀ ਮੈਨੂੰ ਕਿਸੇ ਦੋਸਤ ਨੇ ਕਿਹਾ ਇੰਟਰਵਿਊ, ਤੇ ਮੈਂ ਕੋਲ ਟਾਈਮ ਨਹੀਂ ਸੀ ਹੈਗਾ। ਹਾਂਜੀ, ਜਿਹੜੇ ਮੇਰੀ ਗੱਲ ਕਿਸੇ ਦੋਸਤ ਨਾਲ, ਪਤਾ ਨਹੀਂ ਯਾਦ ਮੈਨੂੰ ਕਿਹਨੇ ਕਿਹਾ ਸੀ, ਤੇ ਨਾ ਕੋਈ ਇੰਨਾ ਸ਼ੌਕ ਆ ਜੀ ਮੈਂ ਗੱਲਾਂ ਕਰਕੇ ਲੋਕਾਂ ਨੂੰ ਆਪਣਾ ਮਨਵਾਵਾਂ। ਹਾਂਜੀ, ਮੈਂ ਹਮੇਸ਼ਾ ਗਰਾਊਂਡ ਰੈਲਿਟੀ ਦੇ ਨਾਲ ਹੀ ਮਨਾਉਣਾ ਚਾਹੁੰਦਾ ਵਾਂ। ਉਹ ਤਾਂ ਇੱਕ ਗੱਲ ਬਣੀ ਹੈ, ਉਹ ਕਹਿੰਦਾ ਨਹੀਂ, ਕਹਿੰਦਾ ਗੱਲਾਂ ਜਿਹੜੀਆਂ ਕਰਨ ਵਾਲੇ ਬੰਦੇ ਦੀ ਗੱਲ ਨਹੀਂ ਬਣਦੀ, ਕੰਮ ਕਰਨ ਨਾਲ। ਹਾਂਜੀ, ਜਿਹੜੀ ਮਿਹਨਤ ਕਰਨ ਵਾਲਾ ਬੰਦਾ ਕਿਸੇ ਦਾ ਮਹਤਾਜ ਨਹੀਂ ਹੁੰਦਾ ਭਾਜੀ। ਸਹੀ ਗੱਲ, ਮਿਹਨਤੀ ਬੰਦਾ। ਸਹੀ ਗੱਲ,
ਤੇ ਹਮੇਸ਼ਾ ਸ਼ੌਕ ਕਰਨਾ ਤੇ ਆਪਣੇ ਜਿਹੜਾ ਬਲ ਬੋਤਾ ਸਾਡੇ ਮੁਖਲ ਯਾਰ ਦੋਸਤ ਦੋ ਚਾਰ ਹੋਣ ਤੇ ਹੋਣ ਸੁੱਚੇ, ਹਾਂਜੀ ਪੰਡ ਬੋਧੀ ਪਾਉਣਾ ਉਹਨੂੰ ਹੌਲੀ ਪਾ ਕੇ ਚੁੱਕ ਲਓ, ਚੰਗੀ ਆ ਐਵੇਂ ਧੋਣ ਦਾ ਮਣਕਾ ਨਾ ਤੜਾ ਲਿਓ, ਤੜਾ ਲਿਓ, ਸਹੀ ਗੱਲ ਆ, ਜਿੰਨੀ ਕੁ ਪਸਲੀ ਉਹਨਾਂ ਵੀ ਸ਼ੌਕ ਕਰਿਓ, ਹਾਂਜੀ ਤੇ ਸਾਫ਼ ਸੁਥਰਾ ਸ਼ੌਕ ਕਰੋ, ਆਪਣੇ ਮਾਂ ਪਿਓ ਨੂੰ ਬਿਲਕੁਲ ਤੰਗ ਨਾ ਕਰੋ, ਜਿਹੜਾ ਚਾਹੁੰਦਾ ਵੀ ਮੇਰਾ ਬੱਚਾ ਮੈਨੂੰ ਤੰਗ ਕਰਦਾ ਉਹ ਸ਼ੌਕ ਬਿਲਕੁਲ ਨਾ ਕਰੇ, ਜੇ ਤਾਂ ਆਪਣੇ ਸਭ ਹਸੀਅਤ ਤਾਂ ਆਪਣਾ ਸ਼ੌਕ ਕਰਨਾ, ਠੀਕ ਆ, ਨਹੀਂ ਤੇ ਇਹਦੇ ਵਿੱਚ ਇਹ ਆ ਵੀ ਹੁਣ ਤੁਸੀਂ ਵੇਖ ਲਓ ਵੀ ਇੱਕੋ ਪਾਰਟੀ 'ਚ 10 ਜੀਆਂ, ਸਾਲ ਬਾਅਦ ਉਹ ਪਾਰਟੀ 10 ਪਾਰਟੀਆਂ ਨਿਕਲੀਆਂ ਹੁੰਦੀਆਂ, ਸ਼ੌਕ ਤੇ ਨਾ ਹੋਇਆ ਫਿਰ ਇਹਦੇ ਸਹੀ ਗੱਲ, ਉਹ ਮੁਹੱਬਤ ਵੀ ਘੱਟ ਜਾਂਦੀ ਹੈ ਜਿਹਨੂੰ ਗਾਲਾਂ ਕੱਢਣ ਦੇ ਹੁੰਦੇ ਆ, ਸਾਸ ਕਿੱਦਾਂ ਦੀ ਗੱਲ ਭਾਜੀ, ਅੱਜ ਤੁਸੀਂ ਵੇਖ ਹੀ ਲਿਆ ਜੀ, ਬਿਲਕੁਲ ਮੈਨੂੰ ਪਤਾ ਭਾਈ ਸਾਹਿਬ, ਮੈਂ ਤਾਂ ਸੋਸ਼ਲ ਮੀਡੀਆ ਵੇਖ ਵੇਖ ਕੇ ਹੁਣ ਮੈਨੂੰ ਆਸ ਅਸਲ ਪਤਾ ਕੀ ਗੱਲ, ਆਪਾਂ ਜਦੋਂ ਸੱਚ ਬੋਲਦੇ ਨੇ ਬੰਦੇ ਕਹਿੰਦਾ ਲੈ ਯਾਰ ਪਤਾ ਨਹੀਂ ਇਹਨੂੰ ਕੀ ਰੋਲਾ ਵਾ, ਇਹ ਮੁਖਾਲਫਤਬਾਜ਼ੀ ਕਰ ਰਿਹਾ, ਹਾਲਾਂਕਿ ਸੱਚ ਸੁਣਨਾ ਬੜਾ ਔਖਾ ਵਾ, ਹਾਂਜੀ ਇਹ ਹਕੀਕਤ ਗੱਲ ਆ। ਭਾਈ ਸਾਹਿਬ ਨੇ ਬੜੀ ਚੰਗੀ ਗੱਲ ਕੀਤੀ ਹੈ ਯਾਰ ਵੀ ਜੇਕਰ ਕਬੂਤਰਬਾਜ਼ੀ ਦੇ ਸ਼ੌਕ ਨਾਲ ਜਿਹੜੇ ਕੋਈ ਯਾਰ ਭਰਾ ਮੁਖਲਸ ਆਏ ਉਹਨਾਂ ਨੂੰ ਲੈ ਕੇ ਕਰੋ ਅਗਰ ਤੁਸੀਂ ਕਰ ਸਕਦੇ ਆ, ਤੇ ਨਹੀਂ ਤਾਂ ਐਵੇਂ ਫਸਾਲ ਵਿੱਚ ਲੜਾਈ ਵਿੱਚ ਪੈਣ ਦੀ ਜ਼ਰੂਰਤ ਨਹੀਂ ਹੈਗੀ। ਕਬੂਤਰਬਾਜ਼ੀ ਇੱਕ ਬੜਾ ਅੱਛਾ ਸ਼ੌਕ ਆ, ਯਾਰਾਂ ਭਰਾਵਾਂ ਨਾਲ ਮਿਲਣ ਦਾ ਬਹਾਨਾ, ਸ਼ੌਕ ਵੀ ਨਾ ਹੁੰਦਾ ਤਾਂ ਯਾਰ ਭਰਾ ਵੀ ਬਣ ਜਾਂਦੇ ਆ, ਤੇ ਸਾਨੂੰ ਹੁਣ ਜਾ ਦਿਓ ਜੀ, ਰੱਬ ਰੱਖ ਕਬੂਤਰ ਵਗੈਰਾ ਤਾਂ ਹੈ ਹੀ।